ਸਤਿ ਸ਼੍ਰੀ ਅਕਾਲ, ਪੰਜਾਬ ਮੇਲ USA TV ਦੇ ਵਿੱਚ ਸਵਾਗਤ। ਮੈਂ ਹਾਂ ਸੰਜੀਵ ਯਸ਼ ਖੰਨਾ, ਮੇਰੇ ਨਾਲ ਨੇ ਬਲਕਾਰ ਸਿੰਘ। ਅਸੀਂ ਹਾਜ਼ਰ ਹਾਂ ਲੈ ਕੇ ਪ੍ਰੋਗਰਾਮ ਪੰਜਾਬ ਫੋਕਸ। ਹਾਂ, ਜਿਸ ਤਰ੍ਹਾਂ ਸਾਡੇ ਸਾਰੇ ਦਰਸ਼ਕਾਂ ਨੂੰ ਪਤਾ ਹੈ ਕਿ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਅੱਜ ਸ਼ਹੀਦੀ ਪੁਰਬ ਹੈ, ਔਰ ਪੂਰੇ ਵਿਸ਼ਵ ਵਿੱਚ ਇਹ ਬੜੇ ਸਤਿਕਾਰ, ਪਿਆਰ ਅਤੇ ਅਦਬ ਨਾਲ ਮਨਾਇਆ ਜਾ ਰਿਹਾ ਹੈ। ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੂਨ ਗਰਭ ਨਾ ਆਇਓ ਦੇ ਮੁੱਖ ਵਾਕ ਨਾਲ ਅਸੀਂ ਇਸ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ, ਕਿਉਂਕਿ ਅੱਜ ਪੂਰੇ ਵਿਸ਼ਵ ਵਿੱਚ ਛਬੀਲਾਂ ਲੱਗੀਆਂ ਠੰਡੇ ਜਲ ਦੀਆਂ, ਔਰ ਅੱਜ ਦੇ ਦਿਨ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ 'ਤੇ ਬਿਠਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਲਾਹੌਰ, ਔਰ ਉਹਨਾਂ ਦੀ ਯਾਦ ਨੂੰ ਮਨਾਉਣ ਲਈ ਪੂਰੇ ਦੇਸ਼ ਵਿੱਚ ਲੰਗਰ ਵਰਤਾਏ ਜਾ ਰਿਹਾ, ਛਬੀਲਾਂ ਲੱਗੀਆਂ ਠੰਡੇ ਜਲ ਦੀਆਂ, ਔਰ ਸੰਗਤ ਅੱਜ ਬਾਣੀ ਦਾ ਸਰਵਣ ਕਰ ਰਹੇ ਆ ਦਰਬਾਰ ਸਾਹਿਬ, ਔਰ ਪੰਜਵੇਂ ਪਾਤਸ਼ਾਹ ਨੇ ਸ਼ਹਿਰ ਵਸਾਇਆ ਜਿਹੜਾ ਤਰਨ ਤਾਰਨ ਸਾਹਿਬ, ਅੱਜ ਉੱਥੇ ਜਿਹੜੀ ਦਰਸ਼ਕਾਂ ਦਾ ਉੱਥੇ ਜੋ ਭੀੜ ਹੈ ਉਹ ਵੇਖਣ ਯੋਗ ਹੈ, ਔਰ ਇਸ਼ਨਾਨ ਕਰ ਰਹੇ ਲੋਕ, ਔਰ ਸਾਰੇ ਦੇ ਸਾਰੇ ਲੋਕ ਲਾਹੌਰ ਔਰ ਪੰਜਾਬ ਸਾਹਿਬ ਜਿੰਨੇ ਵੀ ਪਾਕਿਸਤਾਨ ਵਿੱਚ ਧਾਰਮਿਕ ਸਥਾਨ ਨੇ ਉੱਥੇ ਵੀ ਨਤਮਸਤਕ ਹੋ ਰਹੇ ਆ, ਔਰ ਉਹਦੇ ਵਿੱਚ ਬਜ਼ੁਰਗ, ਬੱਚੇ, ਬੁੜੀਆਂ ਔਰ ਬਜ਼ੁਰਗ ਸਾਰੇ ਲੋਕ ਅੱਜ ਪਹੁੰਚੇ ਨੇ, ਬੜੀ ਸ਼ਰਧਾ ਪੂਰਵਕ ਦੁਨੀਆ 'ਚ ਮਨਾਉਂਦੇ ਨੇ। ਇਹ ਪੰਜਾਬ ਦੇ ਪਹਿਲੇ ਗੁਰੂ ਸੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਸੀ ਆਪਣੀ ਕੌਮ ਲਈ, ਆਪਣੇ ਲੋਕਾਂ ਲਈ, ਆਪਣੀ ਜਨਤਾ ਲਈ, ਜਿਨ੍ਹਾਂ ਨੂੰ ਉਸ ਵੇਲੇ ਦੀ ਹਕੂਮਤ ਬਹੁਤ ਤੰਗ ਕਰਦੀ ਸੀ, ਔਰ ਉਹਨਾਂ ਨੂੰ ਬਚਾਉਣ ਲਈ ਉਹਨਾਂ ਨੇ ਸ਼ਹੀਦੀ ਪ੍ਰਦਾਨ ਕੀਤੀ। ਅਤੇ ਉਹਨਾਂ ਤੋਂ ਬਾਅਦ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਪਣਾ ਸੀਸ ਪ੍ਰਦਾਨ ਕੀਤਾ, ਔਰ ਇਹ ਸ਼ਹੀਦਾਂ ਦੀ ਧਰਤੀ ਇਸੇ ਕਰਕੇ ਗਿਣੀ ਜਾਂਦੀ ਹੈ, ਉਦੋਂ ਉਸ ਵੇਲੇ ਦੀ ਹਕੂਮਤ ਮੁਗਲ ਪਠਾਨ ਜਿਹੜੇ ਸੀਗੇ ਉਹਨਾਂ ਨੂੰ ਬਹੁਤ ਤੰਗ ਕਰਦੇ ਸੀਗੇ। ਗੁਰੂ ਸਾਹਿਬਾਨ ਨੇ ਅੱਗੇ ਹੋ ਕੇ ਲੋਕਾਂ ਦੀ ਲੋਕਾਈ ਨੂੰ ਬਚਾਉਣ ਲਈ ਆਪਣਾ ਉਪਦੇਸ਼, ਆਪਣੀ ਧਰਮ ਨੂੰ ਪੱਕੀਜ਼ਗੀ ਤੌਰ 'ਤੇ ਲੋਕਾਂ ਤੱਕ ਪਹੁੰਚਾਇਆ, ਔਰ ਮੁਸਲਮਾਨ ਜਿਹੜੇ ਪਠਾਨ ਸੀ, ਮੁਗਲ ਸੀ, ਉਹਨਾਂ ਨੂੰ ਭਾਜਣਾ ਪੈ ਗਈਆਂ। ਉਹਨਾਂ ਦੀ ਸ਼ਹਾਦਤ ਨਾਲ ਅੱਜ ਵੀ ਪੂਰੇ ਵਿਸ਼ਵ ਵਿੱਚ ਦੁਨੀਆ ਇੱਕਜੁੱਟ ਹੈ ਔਰ ਇੱਕ ਸੁਰ ਹੈ, ਔਰ ਉਸੇ ਤਰ੍ਹਾਂ ਹੀ ਗੁਰੂ ਸਾਹਿਬ ਦਾ ਨਾਮ ਜਪ ਰਹੇ ਆ, ਔਰ ਮੇਰਾ ਖਿਆਲ ਹੈ ਕਿ ਅਸੀਂ ਉਸੇ ਤਰ੍ਹਾਂ ਆਪਣੇ ਪ੍ਰੋਗਰਾਮ ਨੂੰ ਤਰੀਕੇ ਨਾਲ ਅੱਗੇ ਵਧਾਈਏ ਕਰਾਂਗੇ, ਅੱਗੇ ਵਧਾਈਏ ਜੀ। ਗੁਰੂ ਸਾਹਿਬ ਨੇ ਸਿੱਖਿਆਵਾਂ ਦਿੱਤੀਆਂ, ਗੁਰੂ ਸਾਹਿਬ ਨੇ ਸ਼ਹੀਦੀ ਪ੍ਰਾਪਤ ਕੀਤੀ ਔਰ ਸਾਡੇ ਸਾਰਿਆਂ ਨੂੰ ਨਵਾਂ ਜੀਵਨ ਦਿੱਤਾ ਜੀ। ਔਰ ਕਈ ਵਾਰ ਇਹ ਸੋਚਣ ਵਾਲੀ ਗੱਲ ਆ ਜਾਂਦੀ ਹੈ ਕਿ ਅਸੀਂ ਗੁਰੂ ਸਾਹਿਬ ਨੂੰ ਨਤਮਸਤਕ ਹੁੰਦੇ ਹਾਂ, ਉਹਨਾਂ ਦੀਆਂ ਸਿੱਖਿਆਵਾਂ ਦੀ ਗੱਲ ਕਰਦੇ ਹਾਂ, ਪਰ ਉਹਨਾਂ ਦੇ ਸਿੱਖਿਆਵਾਂ 'ਤੇ ਚੱਲਦੇ ਨਹੀਂ ਜੀ। ਜੇ ਚੱਲਦੇ ਹੋਈਏ ਤਾਂ ਵਿਸ਼ਵ ਦਾ ਇਹ ਹਾਲ ਨਾ ਹੋਵੇ। ਅਸੀਂ ਅੱਗੇ ਵਧਾਂਗੇ। ਕੱਲ੍ਹ ਰਾਸ਼ਟਰਪਤੀ ਭਵਨ ਦੇ ਵਿੱਚ ਕੈਬਿਨਟ ਨੇ ਸਹੁੰ ਚੁੱਕੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ, ਔਰ ਕਿਹਾ ਜਾਂਦਾ ਹੈ ਕਿ ਪੰਡਿਤ ਨਹਿਰੂ ਵਾਕਣ ਇਹਨਾਂ ਨੇ ਤੀਸਰੀ ਵਾਰ ਸਹੁੰ ਚੁੱਕੀ ਹੈ, ਪਰ ਪੰਡਿਤ ਨਹਿਰੂ ਚਾਰ ਵਾਰ ਬਣੇ ਸੀ ਭਾਰਤ ਦੇ ਪ੍ਰਧਾਨ ਮੰਤਰੀ। ਇੱਕ ਤਾਂ 1947 'ਚ ਬਣੇ ਸੀ ਜਦੋਂ ਦੇਸ਼ ਆਜ਼ਾਦ ਹੋਇਆ, ਅਤੇ 3 ਵਾਰ ਉਦੋਂ ਬਣੇ ਨੇ ਜਦੋਂ ਇਲੈਕਸ਼ਨ ਜਿੱਤੇ ਨੇ। ਇਸ ਕਰਕੇ ਪ੍ਰਾਈਮ ਮਿਨਿਸਟਰ ਪੰਡਿਤ ਨਹਿਰੂ ਚਾਰ ਵਾਰੀ ਬਣੇ ਨੇ ਔਰ ਮੋਦੀ ਜੀ ਤੀਸਰੀ ਵਾਰ ਬਣੇ ਨੇ। ਖੈਰ, ਔਰ ਇਸ ਤੋਂ ਬਾਅਦ ਉਹਨਾਂ ਨੇ ਨਵੇਂ ਐਲਾਨਨਾਮੇ ਸ਼ੁਰੂ ਕੀਤੇ। ਚੰਦਰ ਬਾਬੂ ਨਾਇਡੂ ਔਰ ਨਿਤਿਸ਼ ਕੁਮਾਰ, ਇਹਨਾਂ ਦੋਵਾਂ ਦੀਆਂ ਪਾਰਟੀਆਂ ਦੀ ਮਦਦ ਦੇ ਨਾਲ ਇਹਨਾਂ ਨੇ ਆਪਣੀ ਇਹ ਨਵੀਂ ਵਜ਼ਾਰਤ ਸ਼ੁਰੂ ਕੀਤੀ ਹੈ। ਇਹਦੇ ਵਿੱਚ ਕੁਝ ਪੁਰਾਣੇ ਚਿਹਰੇ ਵੀ ਵੇਖਣ ਨੂੰ ਮਿਲਣਗੇ, ਕੁਝ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਗਏ ਨੇ, ਪਰ ਹਜੇ ਪੋਰਟਫੋਲੀਓ ਸਾਹਮਣੇ ਨਹੀਂ ਆਏ, ਹਜੇ ਸਿਰਫ ਸਹੁੰ ਚੁੱਕ ਸਮਾਗਮ ਦੀ ਸਮਾਪਤੀ ਹੋਈ ਹੈ। ਹਾਂ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਗਾਤਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੱਲ੍ਹ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ, ਔਰ ਉਹਨਾਂ ਨੇ ਰਾਸ਼ਟਰਪਤੀ ਦੇ ਸਾਹਮਣੇ ਸੰਵਿਧਾਨ ਦੀ ਜਿਹੜੀ ਅਕੀਦਾ ਉਹਦੇ ਅਕੋਰਡਿੰਗ ਸਹੁੰ ਚੁੱਕੀ। ਔਰ ਇਹ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜਵਾਹਰ ਲਾਲ ਨਹਿਰੂ ਜੀ ਦੇਸ਼ ਦੇ
4 ਵਰੇ ਪ੍ਰਧਾਨ ਮੰਤਰੀ ਰਹੇ। ਬਕਾਇਦਾ ਤੌਰ 'ਤੇ ਗੱਲ ਸਾਡੇ ਦਰਸ਼ਕਾਂ ਨੂੰ ਪਤਾ ਹੈ ਕਿ ਕਾਂਗਰਸ ਜਿਹੜੀ ਆ ਇਹ ਪਾਰਟੀ ਪਹਿਲੀ ਪਾਰਟੀ ਸੀ ਜਿਹੜੀ ਨੈਸ਼ਨਲ ਪਾਰਟੀ ਦੇ ਨਾਂ ਨਾਲ ਜਾਣੀ ਜਾਂਦੀ ਸੀ ਔਰ ਇਹਦੀ 1885 'ਚ ਇਹਦੀ ਨੀਂਹ ਰੱਖੀ ਸੀ ਬੰਬੇ 'ਚ ਡਾਕਟਰ AU ਹਿਊਮ ਨੇ ਔਰ ਉਸ ਤੋਂ ਬਾਅਦ ਇਹ ਪੰਡਿਤ ਜਵਾਹਰ ਲਾਲ ਨਹਿਰੂ ਜੀ ਅੱਗੇ ਆਏ ਔਰ ਉਹਨਾਂ ਨੇ ਦੇਸ਼ ਦੀ ਵਾਗਡੋਰ ਸੰਭਾਲੀ ਔਰ ਮਹਾਤਮਾ ਗਾਂਧੀ ਜੀ ਪੁਰਾਣੇ ਲੀਡਰ ਸੀਗੇ ਔਰ ਸਰਦਾਰ ਪਟੇਲ ਉਸ ਸਮੇਂ ਦੇ ਬੜੇ ਜਿਹੜੇ ਹੋਮ ਮਿਨਿਸਟਰ ਰਹੇ ਆ ਔਰ ਉਹਨਾਂ ਨੇ ਦੇਸ਼ ਦੀ ਵਾਗਡੋਰ ਸੰਭਾਲ ਕੇ ਦੇਸ਼ ਨੂੰ ਬੜੇ ਵਧੀਆ ਲੀਹਾਂ 'ਤੇ ਤੋਰਿਆ ਔਰ ਡਾਕਟਰ ਅੰਬੇਦਕਰ ਜੀ ਦੇ ਸੰਵਿਧਾਨ ਦੇ ਅਕੋਰਡਿੰਗ ਲੋਕਤੰਤਰ ਦੀ ਬਹਾਲੀ ਕੀਤੀ ਔਰ ਉਸੇ ਤਰੀਕੇ ਨਾਲ ਸਾਡੀਆਂ ਜਮਹੂਰੀਅਤ ਨੂੰ ਸਰਕਾਰਾਂ ਚੱਲਦੀਆਂ ਉਸ ਜਮਹੂਰੀਅਤ 'ਤੇ ਚੱਲਦੇ ਅੱਜ ਵੀ ਸਰਕਾਰਾਂ ਬਣ ਰਹੀਆਂ ਔਰ ਕੱਲ੍ਹ ਉਸੇ ਹੀ ਪੈਂਤੜੇ 'ਤੇ ਉਸੇ ਹੀ ਪੈੜਾਂ 'ਤੇ ਚੱਲਦਿਆਂ BJP ਦੀ ਜਿਹੜੀ ਸਾਂਝੀ ਸਰਕਾਰ ਸੀ NDA ਉਹਨਾਂ ਨੇ ਕੱਲ੍ਹ ਪ੍ਰਧਾਨ ਮੰਤਰੀ ਦੇ ਰਾਸ਼ਟਰਪਤੀ ਦੀ ਹਾਜ਼ਰੀ 'ਚ ਸਹੁੰ ਚੁੱਕੀ ਹੈ ਔਰ ਉਸ ਤੋਂ ਬਾਅਦ 72 ਜਿਹੜੇ ਹੈਗੇ ਸੀ ਮੰਤਰੀ ਉਹਨਾਂ ਨੂੰ ਸਹੁੰ ਚੁਕਾਈ ਗਈ ਆ। ਬਕਾਇਦਾ ਤੌਰ 'ਤੇ ਸੰਘੀ ਕੇਂਦਰੀ ਮੰਤਰੀ ਜਿਹੜੇ ਸੀ 30 ਸੀਗੇ ਔਰ ਇਹਨਾਂ ਵਿੱਚੋਂ ਜਿਹੜੇ 12 ਮੰਤਰੀ ਜਿਹੜੇ ਹੈਗੇ ਇਹਨਾਂ ਦੇ ਪੁਰਾਣੇ ਆ, ਜਿਹਨਾਂ ਵਿੱਚ ਰਾਜਨਾਥ ਪਹਿਲੇ ਸੀਗੇ ਮੰਤਰੀ, ਡਿਫੈਂਸ ਮਿਨਿਸਟਰ, ਫਿਰ ਅਮਿਤ ਸ਼ਾਹ ਹੋਮ ਮਿਨਿਸਟਰ ਰਹਿ ਚੁੱਕੇ ਜਿਹੜੇ, ਸੀਤਾਰਮਨ ਔਰ ਪਿਊਸ਼ ਗੋਇਲ ਔਰ ਉਹਨਾਂ ਵਿੱਚੋਂ ਸ਼ਿਵਰਾਜ ਚੌਹਾਨ ਔਰ ਇਸ ਤਰ੍ਹਾਂ ਬਹੁਤ ਮੰਤਰੀ ਸੀਗੇ ਜਿਹੜੇ ਅਨੁਰਾਗ ਠਾਕਰ ਜਿਹੜੇ ਪੁਰਾਣੇ ਪਹਿਲਾਂ ਰਹਿ ਚੁੱਕੇ ਮੰਤਰੀ, ਉਹਨਾਂ ਨੇ ਪਹਿਲਾਂ ਸਹੁੰ ਚੁੱਕੀ। ਉਸ ਤੋਂ ਬਾਅਦ ਬਾਕੀ ਜਿਹੜੇ ਸਟੇਟ ਮਿਨਿਸਟਰ ਸੀ ਉਹ ਸੀਗੇ ਔਰ ਉਹਦੇ ਵਿੱਚ ਸੰਘੀ ਮਿਨਿਸਟਰ ਸੀਗੇ ਔਰ ਇਹਦੇ ਵਿੱਚੋਂ 24 ਰਾਜਾਂ ਵਿੱਚੋਂ ਇਹਨਾਂ ਨੇ ਲਗਭਗ 72 ਮੰਤਰੀਆਂ ਨੂੰ ਸਹੁੰ ਚੁਕਾਈ ਆ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ। ਔਰ ਕੱਲ੍ਹ ਜਿਹੜਾ ਲੋਕਾਂ ਦਾ ਜਿਹੜੀ ਪਬਲਿਕ ਦਾ ਠਾਠਾ ਮਾਰਦਾ ਉੱਥੇ ਹਜੂਮ ਸੀ ਔਰ ਉਹਨਾਂ ਨੂੰ ਇਹਨਾਂ ਨੇ ਡਿਨਰ ਵੀ ਦਿੱਤਾ, ਚਾਹ ਵੀ ਪਿਆਈ ਔਰ ਬਹੁਤ ਵਧੀਆ ਦਿੱਖ ਸੀਗੀ। ਦੂਰਦਰਸ਼ਨ ਕੇਂਦਰ ਜਲੰਧਰ 'ਤੇ ਕੱਲ੍ਹ ਰਿਲੇਅ ਹੋ ਰਿਹਾ ਸੀ, ਦੂਰਦਰਸ਼ਨ ਦਿੱਲੀ ਵੱਲੋਂ ਵੀ ਚੱਲ ਰਿਹਾ ਸੀ, ਸਾਰੇ ਤਮਾਮ ਚੈਨਲ ਜਿਹੜੇ ਸੀ ਚਲਾ ਰਹੇ ਸੀਗੇ ਉਹਨਾਂ ਦੀ ਜਿਹੜਾ ਉੱਥੋਂ ਚੱਲ ਰਿਹਾ ਸੀ ਲਾਈਵ ਸ਼ੋਅ। ਔਰ ਉਹ ਕੱਲ੍ਹ ਬਾਹਰਲੇ ਦੇਸ਼ਾਂ ਵਿੱਚੋਂ ਵੀ ਬਾਹਰਲੇ ਦੇਸ਼ਾਂ ਵਿੱਚੋਂ ਬੜੇ ਪਤਵੰਤੇ ਔਰ ਬੜੇ ਰਾਸ਼ਟਰਪਤੀ ਆਏ ਔਰ ਉਹਦਾ ਵੀ ਆਪਾਂ ਡਿਸਕਸ ਕਰਾਂਗੇ ਕੌਣ ਕੌਣ ਆਏ। ਉਹ ਤਾਂ ਉਹਦੇ ਵਿੱਚ ਕੱਲ੍ਹ ਜਿਹੜਾ ਠਾਠਾ ਮਾਰਦਾ ਹਜੂਮ ਸੀ ਉਹਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਉਤਰਿਆ ਬਲੈਕ ਕਾਰ ਦੇ ਵਿੱਚੋਂ ਔਰ ਉਹਨਾਂ ਨਾਲ ਉਹਨਾਂ ਦੇ ਸਾਰੇ ਸਿਕਿਉਰਿਟੀ ਆਫਿਸਰ ਸੀਗੇ ਔਰ ਉਹਨਾਂ ਨੇ ਕੱਲ੍ਹ ਬੜੇ ਵਧੀਆ ਤਰੀਕੇ ਦੇ ਸੂਟ ਬੂਟ ਪਾਏ ਸੀਗੇ ਔਰ ਬਹੁਤ ਸਮਾਰਟ ਲੱਗਦੇ ਸੀਗੇ ਉਸ ਉਮਰ ਦੇ ਵਿੱਚ ਵੀ। ਇੱਕ ਪਤਾ, ਇੱਕ ਪਦਵੀ ਦਾ ਰੋਹਬ ਵੀ ਬਹੁਤ ਵੱਡਾ ਹੁੰਦਾ ਔਰ ਬੜੇ ਇਨ ਟਾਈਮ ਉੱਥੇ ਪਹੁੰਚੇ ਰਾਸ਼ਟਰਪਤੀ ਭਵਨ ਦੇ ਵਿੱਚ ਔਰ ਉੱਥੇ ਜਾ ਕੇ ਇਹਨਾਂ ਨੇ ਜਦੋਂ ਸਭ ਤੋਂ ਪਹਿਲਾਂ ਇਹਨਾਂ ਨੇ ਜਿਹੜੇ ਸਹੁੰ ਚੁੱਕੀ ਆ ਆਪਣੇ ਸਾਈਨ ਕੀਤੇ ਔਰ ਕਿੱਡਾ ਵੱਡਾ ਜਿਹੜਾ ਇਹ ਹਜੂਮ ਆ ਜਿਹਦੇ ਵਿੱਚ ਕਿੰਨੇ ਭਾਗਿਆਸ਼ਾਲੀ ਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਤੀਜੀ ਵਾਰੀ ਸਹੁੰ ਚੁੱਕਣੀ ਔਰ ਇਸ ਟਾਈਮ 'ਤੇ ਜਦੋਂ ਕਿ ਪਾਰਟੀ 'ਤੇ ਪਾਰਟੀ ਆ, ਮਲਟੀ ਪਾਰਟੀ ਸਿਸਟਮ ਆ ਸਾਡੇ ਇੰਡੀਆ 'ਚ, ਜਿਹੜੇ ਬਾਹਰਲੇ ਦੇਸ਼ਾਂ ਵਿੱਚ ਚਲੋ ਜੀ ਦੋ ਪਾਰਟੀਆਂ ਦਾ ਹੈਗਾ, ਉਹ 'ਚ ਲੇਬਰ ਪਾਰਟੀ ਆ ਅਤੇ ਰਿਪਬਲਿਕਨ ਪਾਰਟੀ ਆ, ਦੋ ਪਾਰਟੀਆਂ ਦੀ ਆਪਸੀ ਟੱਕਰ ਹੁੰਦੀ। ਸਾਡੇ ਜਿੱਥੇ ਪਾਰਟੀਆਂ ਦਾ ਪਤਾ ਨਹੀਂ ਲੱਗਦਾ ਕਿੰਨੀ ਕਿੰਨੀ ਪਾਰਟੀਆਂ, ਜਿਸ ਤਰ੍ਹਾਂ ਸਾਡੇ ਜਿੱਥੇ ਜਥੇਬੰਦੀਆਂ ਜਿੱਤੀਆਂ, ਕਿਸਾਨਾਂ ਦੀਆਂ ਜਥੇਬੰਦੀਆਂ ਵੀ ਬਹੁਤ ਹੀ ਪੰਜਾਬ ਦੀਆਂ ਅਤੇ ਬਾਹਰਲੇ ਸੂਬਿਆਂ ਵਿੱਚ ਵੀ। ਮੇਰੇ ਕਹਿਣ ਤੋਂ ਭਾਵ ਇਹ ਹੈਗਾ ਕਿ ਸਾਡਾ ਦੇਸ਼ ਜਿਹੜਾ ਹੈਗਾ ਇਹ ਇਕਜੁੱਟਤਾ ਵਿੱਚ ਨਹੀਂ ਜੁੜਿਆ ਹੋਇਆ। ਅੱਜ ਹੀ ਇੰਡੀਆ ਦੇ ਵਿੱਚ ਇਕਜੁੱਟਤਾ ਦਾ ਇੱਕ ਗੱਠਜੋੜ ਬਣਿਆ, ਅੱਜ ਹੀ NDA ਦੇ ਸਾਂਝੀ ਸਰਕਾਰ ਬਣੀ ਆ। ਪਹਿਲੋਂ ਜਿਹੜੀ ਇੱਕ ਸਰਕਾਰ ਰਹੀ ਕਾਂਗਰਸ, ਜਿਹਦੀ ਤੁਸੀਂ ਗੱਲ ਪਹਿਲਾਂ ਸ਼ੁਰੂ ਕੀਤੀ, ਆਪਣਾ ਜਵਾਹਰ ਲਾਲ ਨਹਿਰੂ ਉਹਦੇ ਹੈੱਡ ਰਹੇ ਆ ਔਰ ਉਹ ਤੋਂ ਬਾਅਦ ਇੰਦਰਾ ਗਾਂਧੀ ਨੇ ਵੀ ਸੰਭਾਲ ਰੱਖਿਆ ਬਹੁਤ ਦੇਰ ਵਾਗਡੋਰ, ਰਾਜੀਵ ਗਾਂਧੀ ਜੀ ਆਏ ਆ। ਕਾਂਗਰਸ ਨੇ ਰਾਜ ਬਹੁਤ ਕੀਤਾ ਹਿੰਦੁਸਤਾਨ ਅਤੇ ਇੰਡੀਆ 'ਤੇ। ਉਸ ਤੋਂ ਬਾਅਦ BJP ਤੋਂ ਬਾਅਦ ਨਵੀਂ ਪਾਰਟੀ ਆਈ ਆ, ਉਹ ਤੋਂ ਬਾਅਦ ਉਦੋਂ ਪਹਿਲਾਂ ਲੈਫਟਿਸਟ ਜਿਹੜੇ ਸੀਗੇ ਜਿਹੜੀਆਂ ਸੀਗੀਆਂ ਕਮਿਊਨਿਸਟ ਪਾਰਟੀਆਂ ਉਹ ਬਹੁਤ ਰਹੀਆਂ। ਪੱਛਮੀ ਬੰਗਾਲ 'ਚ ਅਜੇ ਵੀ ਉਸੇ ਤਰ੍ਹਾਂ ਹੀ ਆ, ਸਾਰਾ ਕੁਛ ਹੈਗਾ। ਦੂਜੇ ਕਰਨਾਟਕਾ 'ਚ, ਮਦਰਾਸ 'ਚ ਔਰ ਪੰਜਾਬ ਵਿੱਚ ਨਹੀਂ ਸੀ ਜ਼ਿਆਦਾ ਰਿਹਾ ਇਹਨਾਂ ਦਾ, ਪੰਜਾਬ 'ਚ ਕਾਂਗਰਸ ਰਹੀ ਆ ਬਹੁਤ ਦੇਰ। ਹੁਣ ਵੀ ਇਸ ਚੋਣਾਂ ਦੇ ਵਿੱਚ ਵੀ ਕਾਂਗਰਸ ਅੱਗੇ ਰਹੀ ਆ, 7 ਸੀਟਾਂ ਲੈ ਕੇ ਗਈ ਆ, 3 ਇਹਨਾਂ ਦੀਆਂ ਰਹਿ ਗਈਆਂ ਔਰ 10 ਸੀਟਾਂ 'ਤੇ ਇਹਨਾਂ ਨੇ ਜਿਹੜੀਆਂ ਫਿਰ NDA ਨੂੰ ਦਿੱਤੀਆਂ, ਇਹ ਸਾਰੀ ਮਿਲਗੋਬਾ ਬਣ ਗਿਆ। ਕਈ ਲੋਕ ਕਹਿ ਰਹੇ ਨੇ ਕਿ ਜੋ ਇਹ ਸਰਕਾਰ ਬਣ ਰਹੀ ਆ ਜੀ, ਕਿਉਂਕਿ ਇੱਧਰ ਚੰਦਰ ਬਾਬੂ ਨਾਇਡੂ ਨੇ, ਉੱਧਰ ਨਿਤਿਸ਼ ਕੁਮਾਰ ਨੇ, ਜੀ ਜੀ, ਦੋਨੋਂ ਹੀ ਸ਼ਰਿਊਡ ਬਿਜ਼ਨਸਮੈਨ ਸੌਰਟ ਆਫ
ਪੋਲੀਟੀਸ਼ੀਅਨਸ ਨੇ ਔਰ ਉਹ ਆਪਣਾ ਨਫਾ ਨੁਕਸਾਨ ਦੇਖ ਕੇ ਚੱਲਦੇ ਨੇ। ਕਿਆ ਇਹ ਜਾਂਦਾ ਪਿਆ ਕਿ ਇਹ ਸਰਕਾਰ ਬਹੁਤੀ ਦੇਰ ਚੱਲਣੀ ਨਹੀਂ, ਕਿਉਂਕਿ ਇਹਨਾਂ ਨੇ ਪ੍ਰਾਈਮ ਮਿਨਿਸਟਰ ਮੋਦੀ ਨੂੰ ਚੱਲਣ ਨਹੀਂ ਦੇਣਾ, ਕਿਉਂਕਿ ਆਪਣੀਆਂ ਨਿੱਤ ਨਵੀਆਂ ਸ਼ਰਤਾਂ ਰੱਖਣੀਆਂ ਨੇ ਔਰ ਇਸ ਵਕਤ ਵੀ ਨਿੱਤ ਨਵੀਆਂ ਸ਼ਰਤਾਂ ਰੱਖਦੇ ਪਏ ਨੇ ਕਿ ਆਹ ਮਿਨਿਸਟਰੀ ਚਾਹੀਦੀ ਹੈ ਸਾਨੂੰ, ਆਹ ਮਿਨਿਸਟਰੀ ਚਾਹੀਦੀ ਹੈ। ਚੰਦਰ ਬਾਬੂ ਨਾਇਡੂ ਅਤੇ ਲੋਕ ਸਭਾ ਦੇ ਸਪੀਕਰ ਵਾਲਾ ਅਹੁਦਾ ਵੀ ਆਪਣੀ ਪਾਰਟੀ ਵਾਸਤੇ ਚਾਹੁੰਦੇ ਨੇ। ਨਿਤਿਸ਼ ਕੁਮਾਰ ਫਾਈਨੈਂਸ ਮਿਨਿਸਟਰੀ, ਐਗਰੀਕਲਚਰ, ਮਤਲਬ ਇੱਦਾਂ ਦੀਆਂ ਇੰਪੋਰਟੈਂਟ ਮਿਨਿਸਟਰੀਆਂ ਚਾਹੁੰਦੇ ਨੇ। ਸੋ ਇਹ ਪ੍ਰਾਈਮ ਮਿਨਿਸਟਰ ਮੋਦੀ ਕਿੱਥੇ ਤੱਕ ਉਹਨਾਂ ਦੀ ਜ਼ਿੱਦ ਮੰਨਣਗੇ, ਕਿੱਥੇ ਤੱਕ ਉਹਨਾਂ ਦੀ ਇਹ ਸਭ ਸ਼ਰਤ ਮੰਨਣਗੇ, ਇਹ ਵੀ ਵੇਖਣ ਵਾਲੀ ਗੱਲ ਹੈ। ਔਰ ਇਸੇ ਤਰ੍ਹਾਂ ਨਾਲ ਕਿੰਨੀ ਦੇਰ ਤੱਕ ਇਹ ਚੱਲ ਸਕਦੀ ਹੈ, ਇਹ ਕੀ ਗਰੰਟੀ ਹੈ ਕਿ ਅੱਗੇ ਜਾ ਕੇ ਇਹ ਦੋਵੇਂ ਪੋਲੀਟੀਸ਼ੀਅਨਸ ਪ੍ਰਾਈਮ ਮਿਨਿਸਟਰ ਮੋਦੀ ਨੂੰ ਤੰਗ ਨਹੀਂ ਕਰਨਗੇ ਔਰ ਪਾਰਟੀ ਨੂੰ ਆਪਣੇ ਮੁਤਾਬਿਕ ਚਲਾਉਣ ਦੀ ਕੋਸ਼ਿਸ਼ ਨਹੀਂ ਕਰਨਗੇ। ਇਹ ਤਮਾਮ ਗੱਲਾਂ ਹੋ ਰਹੀਆਂ ਨੇ। ਔਰ ਦੂਜੇ ਪਾਸੇ ਇਹ ਗੱਲ ਹੋ ਰਹੀ ਹੈ ਕਿ ਪ੍ਰਾਈਮ ਮਿਨਿਸਟਰ ਮੋਦੀ ਸਮਾਰਟ ਪੋਲੀਟੀਸ਼ੀਅਨ ਨੇ, ਉਹਨਾਂ ਨੂੰ ਇਹ ਰਸਤੇ ਵਿੱਚੋਂ ਨਿਕਲਣਾ ਆਉਂਦਾ ਕਿ ਅੱਜ ਇਹ ਲੋੜ ਹੈਗੀ ਹੈ, ਇਹਨਾਂ ਨੂੰ ਨਾਲ ਲੈ ਕੇ ਤੁਰਦੇ ਪਏ ਨੇ ਔਰ ਸਹੁੰ ਚੁੱਕ ਸਮਾਗਮ ਹੋ ਗਿਆ। ਉਸ ਤੋਂ ਬਾਅਦ ਹੋ ਸਕਦਾ ਕਿ ਇਹਨਾਂ ਦੀ ਹੀ ਪਾਰਟੀ, ਚੰਦਰ ਬਾਬੂ ਨਾਇਡੂ ਦੀ ਪਾਰਟੀ ਔਰ ਨਿਤਿਸ਼ ਕੁਮਾਰ ਜੀ ਦੀ ਪਾਰਟੀ ਵਿੱਚੋਂ ਲੋਕਾਂ ਨੂੰ ਤੋੜ ਕੇ, ਸੰਸਦਾਂ ਨੂੰ ਤੋੜ ਕੇ ਆਪਣੇ ਵੱਲ ਮਿਲਾ ਲੈਣ ਔਰ ਆਪਣੀ ਮੈਜੋਰਿਟੀ ਇੱਦਾਂ ਪੂਰੀ ਕਰ ਲੈਣ ਔਰ ਇਹਨਾਂ ਨੂੰ ਬਾਏ ਬਾਏ ਕਰ ਦੇਣ। ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿਉਂਕਿ ਪ੍ਰਾਈਮ ਮਿਨਿਸਟਰ ਮੋਦੀ ਇੱਕ ਸਮਾਰਟ ਪੋਲੀਟੀਸ਼ੀਅਨ ਨੇ, ਇਹ ਤਮਾਮ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ ਇਹ ਪੋਲੀਟੀਕਲ ਐਕਸਪਰਟਸ ਇਸ ਵਕਤ ਕਰਦੇ ਪਏ ਨੇ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਭਾਰਤ ਦੀ ਜਨਤਾ ਇਹ ਸੋਚਦੀ ਪਈ ਆ ਕਿ ਇਹ ਜਿਹੜੀ ਨਵੀਂ ਸਰਕਾਰ ਹੈ, ਜਿਹੜੀ ਨਵੀਂ ਕੈਬਨਿਟ ਫਾਰਮ ਹੋਣ ਜਾ ਰਹੀ ਹੈ, ਇਹ ਕਿੱਦਾਂ ਕੰਮ ਕਰ ਸਕਦੀ ਹੈ ਔਰ ਕਿੰਨੀ ਦੇਰ ਤੱਕ ਕੰਮ ਕਰ ਸਕਦੀ ਹੈ ਔਰ ਇਹਨਾਂ ਦਾ ਕੁਆਲਿਟੀ ਵਰਕ ਕੀ ਹੋਏਗਾ। ਵੈਸੇ ਇੱਕ ਗੱਲ ਹੈਗੀ ਜਿਹੜੀ ਤੁਸੀਂ ਕੀਤੀ ਹੈ, ਲੋਕਾਂ ਦਾ ਸ਼ੰਕਾ ਹੈ, ਸ਼ੰਕਾ ਨੁਰਤ ਹੋ ਵੀ ਸਕਦਾ ਹੈ, ਕਿਉਂਕਿ ਪੋਲੀਟਿਕਸ ਨੂੰ ਬਹੁਤ ਵਧੀਆ ਜਾਣਨ ਵਾਲੇ ਵਿਦਵਾਨ ਸੂਝਵਾਨ ਮੋਦੀ ਜੀ ਹੈ। ਉਹਨਾਂ ਨੇ 10 ਸਾਲ ਬੜਾ ਸਮੂਥਲੀ ਦੇਸ਼ ਨੂੰ ਚਲਾਇਆ ਔਰ ਹੁਣ ਤੀਜੀ ਵਾਰ ਜਦੋਂ ਆ ਗਏ ਉਹਨਾਂ ਕੋਲ ਬਹੁਤ ਵੱਡਾ ਐਕਸਪੀਰੀਅੰਸ ਆ, ਬਹੁਤ ਵੱਡਾ ਤਜ਼ਰਬਾ। ਜਦੋਂ ਕਿ ਉਹਨਾਂ ਨੇ ਬੜੇ ਪਿਆਰ ਨਾਲ ਨਿਤਿਸ਼ ਕੁਮਾਰ ਨੂੰ ਤਾਂ ਪਹਿਲਾਂ ਹੀ ਮਨਾ ਲਿਆ ਸੀ, ਨਿਤਿਸ਼ ਕੁਮਾਰ ਜੀ ਤਾਂ ਪਹਿਲਾਂ ਪਾਰਟੀ ਛੱਡ ਕੇ ਬੀਜੇਪੀ 'ਚ ਆ ਗਏ ਸੀਗੇ, ਉਹ ਗੱਠਜੋੜ ਤੋਂ ਦੌੜੇ ਆ, ਇੰਡੀਆ ਗੱਠਜੋੜ ਤੋਂ ਦੌੜ ਕੇ ਰਾਤੋਂ ਰਾਤ ਪੁਨੀਤ ਅਸਤੀਫਾ ਦੇ ਕੇ ਫਿਰ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਲਿਆ, ਉਹ ਕਿਤੇ ਨਹੀਂ ਭੱਜਣ ਵਾਲੇ। ਔਰ ਦੂਜੀ ਰਹਿ ਗਈ ਜਿਹੜੀ ਚੰਦਰ ਬਾਬੂ ਨਾਇਡੂ ਜੀ ਹੈ, ਇਹ ਬੜੇ ਪੁਰਾਣੇ ਅਤੇ ਕਾਗ ਲੀਡਰ ਆ, ਔਰ ਚੌਥੀ ਵਾਰ ਇਹਨਾਂ ਨੇ ਮੁੱਖ ਮੰਤਰੀ ਤੌਰ 'ਤੇ ਆਂਧਰਾ ਪ੍ਰਦੇਸ਼ ਵਿੱਚ ਅਹੁਦਾ ਸੰਭਾਲ ਲਿਆ ਔਰ ਉਹਨਾਂ ਨੂੰ ਜੋ ਇਹਨਾਂ ਨੇ ਮੰਗਿਆ ਦੇ ਦਿੱਤਾ। ਉਹਨਾਂ ਨੂੰ ਮੰਤਰੀ ਚਾਹੀਦੇ ਸੀ, ਕੋਈ ਸਟੇਟ ਮਿਨਿਸਟਰ ਬਣਾ ਦਿੱਤੇ, ਕੁਝ ਕੈਬਨਿਟ ਮੰਤਰੀ ਬਣਾ ਦਿੱਤੇ ਆ। ਹੁਣ ਪੋਰਟਫੋਲੀਓ 'ਚ ਕੋਈ ਰੌਲਾ ਨਹੀਂ ਪੈਣਾ, ਉਹਨਾਂ ਨੇ ਪਹਿਲਾਂ ਇਹ ਕਰ ਰਿਹਾ ਸੀ ਕਿ ਜਿਹੜੇ ਮੁੱਖ ਪ੍ਰਮੁੱਖ ਜਿਹੜੇ ਪੋਰਟਫੋਲੀਓ ਆ ਉਹ ਸਾਡੇ ਕੋਲ ਰਹਿਣਗੇ, ਜਿਹਦੇ 'ਚ ਡਿਫੈਂਸ ਹੈ, ਐਜੂਕੇਸ਼ਨ ਆ, ਐਗਰੀਕਲਚਰ ਆ, ਜਿਹਦੇ 'ਚ ਫਾਈਨਾਂਸ ਆ, ਉਹ ਸਾਰੇ ਮੰਤਰੀ ਨੂੰ ਉਹਨਾਂ ਨੇ ਪਹਿਲਾਂ ਸਹੁੰ ਚੁਕਾਤੀ ਆ ਔਰ ਉਹਨਾਂ ਨੂੰ ਵੀ ਦਿੱਤੇ ਜਾਣਗੇ ਬਕਾਇਦਾ ਤੌਰ 'ਤੇ। ਸੀਨੀਅਰ ਇੱਧਰ ਵੀ ਸੀਨੀਅਰਿਟੀ ਬਰਕਰਾਰ ਰੱਖੀ ਆ, ਉਹ ਨਵੇਂ ਚਿਹਰੇ ਵੀ ਲੈਣ ਦੇ, ਉਹਨਾਂ ਨੇ ਬੈਲੈਂਸਡ ਸਰਕਾਰ ਬਣਾਉਣੀ ਆ ਔਰ ਮੇਰਾ ਖਿਆਲ ਇਹਦੇ ਵਿੱਚ 5 ਸਾਲ ਕਿਤੇ ਨਹੀਂ ਹਿਲਦੀ ਸਰਕਾਰ, ਕਿਉਂਕਿ ਇਹਦੇ ਵਿੱਚ ਉਹਨਾਂ ਦੀ ਜਿਹੜੀ ਸਹਿਮਤੀ ਆ ਔਰ ਜੇ ਲੜਾਈ ਹੁੰਦੀ ਹੈ ਤਾਂ ਸਿਰਫ ਕੇਵਲ ਪੰਜਾਬ 'ਚ ਹੁੰਦੀ ਹੈ, ਕਾਂਗਰਸ ਦਾ ਆਪਸੀ ਗੁੱਥਮਗੁੱਥਾ ਆਉਣਾ, ਕਾਂਟੋ ਕਲੇਸ਼ ਆਉਣਾ, ਆਪ ਦੇ ਵਿੱਚ ਰੌਲਾ ਪੈ ਗਿਆ, ਉਹਦੇ ਵਿੱਚ ਵੀ ਮੰਤਰੀ ਇੱਕ ਦੂਜੇ ਦੀ ਗੱਲ ਨਹੀਂ ਮੰਨਦੇ ਔਰ ਭਗਵੰਤ ਮਾਨ ਜੀ ਕੁਛ ਕਹਿ ਜਾਂਦੇ, ਉਹ ਕੁਛ ਕਹਿ ਜਾਂਦੇ ਆ। ਲੜਨ ਲਈ ਜੇ ਵੇਖਿਆ ਜਾਵੇ ਤਾਂ ਪੰਜਾਬ ਆ, ਅਕਾਲੀ ਦਲ 'ਚ ਵੇਖੋ 2 ਵਾਰੀ ਦਫਾੜ ਹੋਇਆ, ਜਿਹਦੇ ਵਿੱਚ ਪੁਰਾਣੇ ਲੀਡਰ ਵੈਟਰਨ ਲੀਡਰ ਜਿਹੜੇ ਆ ਢੀਂਡਸਾ ਸਾਹਿਬ ਜੀ, ਸੇਖਵਾਂ ਜੀ, ਬ੍ਰਹਮਪੁਰਾ ਜੀ ਵੱਖਰੇ ਹੋ ਗਏ, ਬੀਬੀ ਜਗੀਰ ਕੌਰ ਉਹ ਵੀ ਚਲੇ ਗਏ ਔਰ SGPC ਵਿੱਚ ਵੀ ਬਹੁਤ ਕੁਛ ਤੋੜਭੰਨ ਹੋਈ ਆ ਔਰ ਜਿੰਨੀਆਂ ਪਾਰਟੀਆਂ ਹੋਈਆਂ BSP ਵਿੱਚ ਵੀ ਇਸ ਇਹੀ ਰੌਲਾ ਰਿਹਾ ਔਰ ਮੈਂ ਇੱਕ ਇੱਕ ਪਾਰਟੀ ਗਿਣਾ ਪੰਜਾਬ ਦੀ। ਪੰਜਾਬ ਵਿੱਚ ਲੜਾਈ ਲਈ ਤਾਂ ਬਹੁਤ ਅੱਗੇ, ਕਿਉਂਕਿ ਸਾਡਾ ਖੂਨ ਨਹੀਂ ਲੜਾਈ ਵਾਲਾ, ਪੰਜਾਬ ਵਿੱਚ ਇਸ ਕਰਕੇ ਲੜਾਈ ਆ ਕਿ ਹਮਲਾਵਰ ਆਉਂਦੇ ਰਹੇ, ਅਸੀਂ ਕਿਸੇ ਦੀ ਗੱਲ ਘੱਟ ਚੜਦੇ ਹਾਂ, ਅਸੀਂ ਨੀਡਫੁੱਲ ਨੂੰ ਪੈਸਾ ਦੇ ਦਾਂਗੇ, ਉਹਨੂੰ ਅੱਗੇ ਬਣਾ ਦਾਂਗੇ, ਬਾਹਰੋਂ ਹਮਲਾਵਰ ਆਏਗਾ ਉਹਦੇ ਪੈਰੀਂ ਪੈ ਜਾਂਗੇ ਔਰ ਅਸੀਂ ਜੇ ਲੜਨਾ ਤਾਂ ਆਪੋ 'ਚ ਗੁੱਥਮ ਗੁੱਥੀ ਹੋਵਾਂਗੇ, ਅਸੀਂ ਆਪੋ 'ਚ ਭਰਾ ਨੂੰ ਭਰਾ ਮਾਰੀ ਜਾਊਗਾ, ਮਾਂ ਨੂੰ ਮਾਂ ਮਾਰ ਦਿੰਦੀ ਆ। ਇਸੇ ਤਰ੍ਹਾਂ ਦੀਆਂ ਜਿਹੜੀਆਂ ਰਿਸ਼ਤੇਦਾਰੀਆਂ ਵਿੱਚ ਤ੍ਰਿੜਾਂ ਵੀ ਆ ਗਈਆਂ, ਇਸੇ ਤਰ੍ਹਾਂ ਦਾ ਹੀ ਸਾਡੇ ਸਰੋਕਾਰ ਬਣ ਗਏ। ਉਹ ਲੋਕ ਬੜੇ ਸਿਆਣੇ ਲੋਕ ਹੈਗੇ, ਅੱਗੇ 10 ਸਾਲ ਜਿਹੜੀ ਸਰਕਾਰ ਚਲਾ ਦਿੱਤੀ ਉਹਨਾਂ ਨੇ 2014 ਤੋਂ ਬਾਅਦ, ਹੁਣ
ਉਦੋਂ ਤੱਕ ਕੋਈ ਰੌਲਾ ਪਿਆ ਸੁਣਿਆ, ਕੋਈ ਰੌਲ ਕੋਈ ਗੱਲ ਹੋਈ ਆ? ਉਹਨਾਂ ਨੇ ਜੋ ਕੁਛ ਕੰਮ ਕੀਤਾ ਵਧੀਆ ਤਰੀਕੇ ਨਾਲ ਕੀਤਾ, ਗਰੀਬਾਂ ਨੂੰ ਵੀ ਪੈਸਾ ਦੇ ਦਿੱਤਾ, ਸਕੀਮਾਂ ਬਣਾਤੀਆਂ, ਕੋਈ ਨੁਕਤਾਚੀਨੀ ਨਹੀਂ ਹੋਈ। ਮਾੜਾ ਮੋਟਾ ਨੁਕਤਾਚੀਨੀ ਹੁੰਦੀ ਆ, ਹੋਣੀ ਚਾਹੀਦੀ ਆ। ਇੱਕ ਘਰ ਦਾ ਜਿਹੜਾ ਬਜ਼ੁਰਗ ਆ ਜਦੋਂ ਘਰ ਨੂੰ ਚਲਾਉਂਦਾ, ਉਹਦੇ ਵਿੱਚ ਕੋਈ ਮੁੰਡਾ ਇਹਦਾ ਮੂੰਹ ਉੱਧਰ ਹੁੰਦਾ, ਕੁੜੀ ਦਾ ਇਹਨੂੰ ਹੁੰਦਾ, ਉਹਨਾਂ ਨੂੰ ਘਰ ਨੂੰ ਚਲਾਉਣਾ ਔਖਾ ਹੈ। ਦੇਸ਼ ਔਰ ਦੇਸ਼ ਦੇ ਵਿੱਚ ਵੱਖ ਵੱਖ ਤਰ੍ਹਾਂ ਦੇ ਨਸਲਾਂ ਦੇ ਲੋਕ, ਵੱਖ ਵੱਖ ਤਰ੍ਹਾਂ ਦੀਆਂ ਬੋਲੀਆਂ, ਪਹਿਰਾਵੇ, ਵੱਖ ਵੱਖ ਤਰ੍ਹਾਂ ਦਾ ਖਾਣ ਪੀਣ, ਇਹਨੂੰ ਯੂਨਾਈਟ ਕਰਨਾ ਵੀ ਥੋੜ੍ਹਾ ਜਿਹਾ ਔਖਾ। ਪਰ ਫਿਰ ਵੀ ਬੜੇ ਸਿਆਣੇ ਕਾਗ ਨੇਤਾ ਨੇ ਸਾਰੇ। ਕੱਲ੍ਹ ਜਦੋਂ ਹੋ ਰਿਹਾ ਸੀਗਾ ਸ਼ੋਅ ਦੇ ਵਿੱਚ, ਜਿੰਨੇ ਮੰਤਰੀਆਂ ਦੇ ਵਿੱਚ ਪਹਿਲਾਂ ਪ੍ਰਧਾਨ ਮੰਤਰੀ ਉਹਨਾਂ 'ਚ ਆ ਕੇ ਬੈਠੇ, ਔਰ ਜਿਹੜਾ ਮੰਤਰੀ ਆਉਂਦਾ ਸੀ ਉਹਨਾਂ ਦੇ ਪੈਰੀਂ ਹੱਥ ਪਿਆਰ ਨਾਲ ਬੋਲਦਾ ਸੀਗਾ, ਔਰ ਜਿਹੜਾ ਵੀ ਆਉਂਦਾ ਸੀ ਅਦਬ ਸਤਿਕਾਰ ਮੇਨਟੇਨ ਰੱਖਿਆ ਉਹਨਾਂ ਨੇ। ਕੱਲ੍ਹ ਕੋਈ ਹੁੱਲੜਬਾਜ਼ੀ, ਕੋਈ ਰੌਲਾ ਨਹੀਂ। ਜੇ ਪੰਜਾਬ 'ਚ ਇੱਦਾਂ ਦਾ ਹੁੰਦਾ ਤਾਂ ਉੱਥੇ ਰੌਲਾ ਪੈ ਜਾਣਾ ਸੀਗਾ। ਜਿੱਥੇ ਜਿੱਥੇ ਕੋਈ ਸਮਾਗਮ ਹੁੰਦਾ ਸੀ, ਰੌਲਾ ਪਾਉਣ 'ਚ ਬਹੁਤ ਅੱਗੇ ਆ। ਮੈਨੂੰ ਇਸ ਕਰਕੇ ਉਦਾਹਰਣ ਦੇਣੀ ਪੈ ਰਹੀ ਆ, ਕੋਈ ਵੀ ਸਾਡੇ ਸਮੂਥ ਰੈਲੀ, ਕੋਈ ਸਾਡੇ ਸਟੇਟ 'ਚ ਕੁਛ ਇੱਦਾਂ ਦਾ ਨਹੀਂ ਹੁੰਦਾ। ਕਿਸਾਨ ਇੱਕ ਪਾਸੇ ਖਿੱਚੋਤਾਣੀ ਕਰ ਜਾਂਦੇ ਆ, ਮਜ਼ਦੂਰ ਇੱਕ ਪਾਸੇ ਚਲੇ ਜਾਂਦੇ ਆ, ਪਾਰਟੀਆਂ ਇੱਕ ਪਾਸੇ ਹੁੰਦੀਆਂ। ਸਾਡੇ ਖਿੱਚਾ ਤਾਣੀ ਨੇ ਦੇਸ਼ ਨੂੰ, ਪੰਜਾਬ ਨੂੰ ਗਰੀਬ ਕੀਤਾ, ਖੁਸ਼ਹਾਲੀ ਇੱਥੇ ਨਹੀਂ ਆਉਂਦੀ। ਇਸੇ ਕਰਕੇ ਜਦੋਂ ਸਾਰਾ ਕੁਛ ਹੁੰਦਾ, ਰੌਲਾ ਪੈਂਦਾ, ਫਿਰ ਕੋਈ ਨਾ ਕੋਈ ਪੈਗੰਬਰ, ਅਵਤਾਰ, ਔਲੀਆ, ਵਲੀ ਆਉਂਦਾ, ਫਿਰ ਸੰਭਾਲਦਾ ਇਹਨਾਂ ਨੂੰ। ਇਹਨਾਂ ਨੂੰ ਸੰਭਾਲਣਾ ਬਹੁਤ ਔਖਾ। ਔਰ ਉਹ ਲੋਕ ਦੇਖੋ ਦਿੱਲੀ ਦੇ ਤਖ਼ਤ 'ਤੇ ਉਹੀ ਬੈਠਦੇ ਰਹੇ ਅੱਜ ਤੱਕ। ਗਿਆਨੀ ਜਲਜੀਤ ਸਿੰਘ ਤੋਂ ਬਾਅਦ ਕੌਣ ਉੱਥੇ ਬਣਿਆ ਰਾਸ਼ਟਰਪਤੀ, ਕੌਣ ਗਿਆ ਉੱਥੇ? ਔਰ ਜੇ ਨਾ ਸਾਡੇ ਕੋਲ ਰੇਲਵੇ ਰਿਹਾ, ਨਾ ਸਾਡੇ ਕੋਲ ਕੋਈ ਫਾਈਨਾਂਸ ਰਿਹਾ, ਨਾ ਸਾਡੇ ਕੋਲ ਐਗਰੀਕਲਚਰ ਰਿਹਾ, ਕੋਈ ਮੰਤਰੀ ਨਹੀਂ ਰਿਹਾ। ਜੇ ਅਸੀਂ ਉੱਥੇ ਜਾਂਦੇ, ਸਾਨੂੰ ਨਾ ਅੰਗਰੇਜ਼ੀ ਆਉਂਦੀ ਨਾ ਹਿੰਦੀ ਆਉਂਦੀ ਹੈ। ਜਿਸ 'ਚ ਮੁਹੰਮਦ ਸਦੀਕ ਜੀ ਉੱਥੇ ਬੋਲਦੇ ਸੀ, ਨਾ ਪੰਜਾਬੀ ਬੋਲ ਸਕੇ ਨਾ ਹਿੰਦੀ ਬੋਲ ਸਕੇ। ਜਦੋਂ ਕਮਿਊਨੀਕੇਸ਼ਨ ਆਫ ਲੈਂਗੁਏਜ ਹੈ ਨਹੀਂ ਤਾਂ ਅਸੀਂ ਕੀ ਗੱਲ ਕਰਾਂਗੇ? ਇੱਥੇ ਅਸੀਂ ਤਾੜਾਂ ਮਾਰਨ ਵਾਲੇ ਹਾਂ, ਇੱਥੇ ਅਸੀਂ ਰੌਲਾ ਪਾਉਣ ਵਾਲੇ ਪੰਜਾਬ ਦੇ ਇਹਦੇ 15-16 ਜ਼ਿਲ੍ਹੇ। ਡਾਕਟਰ ਮਨਮੋਹਨ ਸਿੰਘ ਸਾਡੇ ਉੱਥੇ ਪਹੁੰਚੇ, ਉਹ ਤਾਂ ਗਏ, ਉਹ ਤਾਂ ਬੜੇ ਪਾਕਿਸਤਾਨ ਤੋਂ ਪੜ੍ਹ ਕੇ ਆਏ ਆ, ਉਹ ਪ੍ਰਵਾਸੀ ਉੱਧਰੋਂ ਹੀ ਆਏ ਆ ਪੰਜਾਬ ਦੇ। ਵੈਸੇ ਵਸਨੀਕ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਆ, ਉਹ ਤੁਹਾਡੀ ਗੱਲ ਸਹੀ ਹੈ। ਪਰ ਉਦੋਂ ਬਾਅਦ ਤਾਂ ਨਹੀਂ ਕੁਛ ਹੋਇਆ, ਮਨਿਸਟਰੀ ਤਾਂ ਨਹੀਂ ਸਾਡੇ ਕੋਲ ਰਹੀ ਸੈਂਟਰ ਦੀ, ਮੈਂ ਮਨਿਸਟਰੀ ਦੀ ਗੱਲ ਕਰ ਰਿਹਾ। ਉਹ ਤਾਂ ਰਹੇ ਦੋ ਟਰਮਸ ਰਹੇ ਆ, ਉਦੋਂ ਵੀ ਰਾਹੁਲ ਗਾਂਧੀ ਛੋਟੇ ਹੋਣ ਕਰਕੇ, ਉਹ ਵੀ ਅਜੇ ਰਾਹੁਲ ਗਾਂਧੀ ਜੀ ਅੱਜ ਇਸ ਉਮਰ 'ਚ ਹੁੰਦੇ ਸ਼ਾਇਦ ਉਹ ਨਾਮ ਦੇ, ਇਹ ਵੀ ਗੱਲ ਹੈਗੀ ਜੀ। ਚਲੋ ਹੁਣ ਪੰਜਾਬ ਦੇ ਵਿੱਚ ਜਿਹੜੇ ਆਪਣੇ ਰਵਨੀਤ ਬਿੱਟੂ ਆ, ਉਹ ਬੀਜੇਪੀ ਸ਼ਾਮਿਲ ਹੋਏ ਕਾਂਗਰਸ ਨੂੰ ਛੱਡ ਕੇ, ਔਰ ਅਮਿਤ ਸ਼ਾਹ ਜਦੋਂ ਇੱਥੇ ਆਏ ਨੇ, ਉਹ ਮਨਿਸਟਰ ਉਹ ਕਹਿ ਕੇ ਗਏ ਨੇ ਕਿ ਮੈਂ ਇਹਨਾਂ ਨੂੰ ਵੱਡਾ ਆਦਮੀ ਬਣਾਵਾਂਗਾ। ਹੁਣ ਇਹ ਵੱਡਾ ਆਦਮੀ ਕੀ ਹੁੰਦਾ, ਇਹਦੀ ਪਰਿਭਾਸ਼ਾ ਮੇਰਾ ਖਿਆਲ ਕਿਸੇ ਨੂੰ ਨਹੀਂ ਸਮਝ ਆਉਣੀ ਕਿ ਵੱਡਾ ਆਦਮੀ ਕਹਿੰਦੇ ਕਿਹਨੂੰ ਨੇ। ਸੋ ਹੁਣ ਇਹ ਉਹਨਾਂ ਨੂੰ ਹਾਰਨ ਤੋਂ ਬਾਅਦ ਵੀ ਕੈਬਨਿਟ ਦੇ ਵਿੱਚ ਸ਼ਾਇਦ ਸਥਾਨ ਦੇਣਾ ਹੈ, ਕਿਉਂਕਿ ਸਹੁੰ ਚੁਕਵਾਈ ਹੈ ਉਹਨਾਂ ਨੂੰ ਰਾਜ ਮੰਤਰੀ ਦੇ ਤੌਰ 'ਤੇ, ਸੰਘੀ ਰਾਜ ਮੰਤਰੀ ਦੇ ਤੌਰ ਦੇ ਉੱਤੇ। ਰਵਨੀਤ ਬਿੱਟੂ ਕੱਲ੍ਹ ਸਹੁੰ ਚੁੱਕ ਕੇ ਆਏ ਨੇ, ਔਰ ਹਾਰਨ ਦੇ ਬਾਵਜੂਦ ਵੀ ਸਹੁੰ ਚੁੱਕ ਕੇ ਆਏ ਨੇ। ਵੈਸੇ ਸੰਘੀ ਨਹੀਂ ਗਏ, ਇਹ ਰਾਜ ਮੰਤਰੀ, ਜਿਹਨੂੰ ਸਟੇਟ ਮੰਤਰੀ ਕਹਿੰਦੇ ਆ, ਸੰਘੀ ਕੈਬਨਿਟ ਮੰਤਰੀ ਆ, ਉਹਦੇ 'ਚ ਉਹ ਪਹਿਲੇ ਬਾਕੀ ਆਏ ਆ, ਜਿਹਦੇ ਵਿੱਚ 30 ਮੰਤਰੀ ਦੇ ਕਰੀਬ ਹੈਗੇ ਆ ਜਿਹੜੇ ਸੰਘੀ ਮੰਤਰੀ ਆ, ਬਾਕੀ ਜਿਹੜੇ ਟੋਟਲ 72 ਹੈ। ਇਹਨਾਂ ਨੂੰ ਜਿਹੜੇ ਸਟੇਟ ਮਿਨਿਸਟਰ ਆ ਉਹਦੇ ਵਿੱਚ ਲਿਆ, ਇਹਨਾਂ ਨੇ ਇਹ ਸਟੇਟ ਮਿਨਿਸਟਰ ਵਿੱਚ ਇੱਕ ਇੰਡੀਪੈਂਡੈਂਟ ਹੁੰਦੇ ਆ, ਇਹ ਇੰਡੀਪੈਂਡੈਂਟ ਨਹੀਂ ਗਏ। ਇਹਨਾਂ ਦੇ ਨਾਲ ਕੈਬਨਿਟ ਮੰਤਰੀ ਹੋਏਗਾ, ਫਿਰ ਦੂਜਾ ਹੋਊਗਾ ਜੇ ਪੋਰਟਫੋਲੀਓ ਜਦੋਂ ਡਿਸਟ੍ਰੀਬਿਊਟ ਹੋਏ। ਔਰ ਦੂਜੀ ਗੱਲ ਰਹੀ ਕਿ ਪੰਜਾਬ ਦੇ ਵਿੱਚ ਚਲੋ ਚੰਗਾ ਨੋਮੀਨੇਸ਼ਨ ਮਿਲ ਗਿਆ, ਪੰਜਾਬ ਦਾ ਨਾਮ ਬਣ ਗਿਆ, ਔਰ ਇਹ ਇਸ ਕਰਕੇ ਵੀ ਮਿਲ ਗਿਆ ਕਿ ਕਾਂਗਰਸ ਛੱਡ ਕੇ ਆਏ ਸੀਗੇ। ਜੇ ਕਾਂਗਰਸ ਛੱਡ ਕੇ ਨਾ ਆਉਂਦੇ ਜਾਂ ਕਾਂਗਰਸ 'ਚ ਰਹਿੰਦੇ ਤਾਂ ਸ਼ਾਇਦ ਇਹਨਾਂ ਨੂੰ ਕੁਛ ਨਾ ਮਿਲਦਾ, ਕਿਉਂਕਿ ਇਹ ਹਰੇ ਆ ਉਹਦੇ ਵਿੱਚੋਂ ਵੜਿੰਗ ਸਾਹਿਬ ਕੋਲੋਂ, ਔਰ ਵੜਿੰਗ ਅਮਰਿੰਦਰ ਵੜਿੰਗ ਜੀ ਨੇ ਇਹਨਾਂ ਨੂੰ ਹਰਾਇਆ, ਉਹ ਮਾਰਜਨ ਥੋੜ੍ਹੇ 'ਤੇ ਹਰੇ ਆ। ਪਰ ਉਹਦੇ ਵਿੱਚ ਇਹ ਵੀ ਕਾਂਸਟੀਟਿਊਸ਼ਨ 'ਚ ਨਹੀਂ ਪਤਾ ਲੱਗ ਰਿਹਾ, ਇਹ ਲੋਕਤੰਤਰ 'ਚ ਨਹੀਂ ਪਤਾ ਲੱਗ ਰਿਹਾ ਕਿ ਹਰੇ ਨੂੰ ਕਿੱਦਾਂ ਬਣਾ ਦਿੰਦੇ। ਔਰ ਨੋਮੀਨੇਸ਼ਨ ਤਾਂ ਚਲੋ ਉਹਨੇ ਕੀਤਾ ਆਪਣਾ, ਆਇਆ ਪੁਆਇੰਟ 'ਤੇ ਹੀ ਹੈ, ਪਰ ਉਹਨੂੰ ਹਰਿਆ ਐਮ ਪੀ ਹੈਗਾ, ਔਰ ਉਦੋਂ ਪਹਿਲਾਂ ਐਮ ਪੀ ਰਹਿ ਚੁੱਕਾ ਹੈਗਾ। ਹਰਦੀਪ ਪੁਰੀ ਨੂੰ ਵੀ ਬਣਾਉਂਦੇ ਰਹੇ, ਐਤਕੀ ਵੀ ਬਣਾਇਆ ਉਹਨਾਂ ਨੂੰ ਐਤਕੀ ਵੀ ਸਹੁੰ ਚੁਕਾਈ ਹੈਗੀ, ਔਰ ਉਹਦੇ ਵਿੱਚ ਕਈ ਇਸ ਤਰ੍ਹਾਂ ਦੇ ਹੈਗੇ ਜਿਹੜੇ ਹਰੇ ਹੈਗੇ ਆ। ਇਹ ਪਤਾ ਨਹੀਂ ਕੀ ਹੈਗਾ, ਔਰ ਓਪੋਜੀਸ਼ਨ ਕਿਉਂ ਨਹੀਂ ਬੋਲਦੀ, ਕਾਂਸਟੀਟਿਊਸ਼ਨ ਦੀਆਂ ਧਾਰਾਵਾਂ ਦੇ ਵਿੱਚ ਕੀ ਅਧਿਕਾਰ ਹੈ ਜਾਂ ਨਹੀਂ ਆ, ਜਾਂ ਡਾਕਟਰ ਅੰਬੇਦਕਰ ਸਾਹਿਬ ਨੇ ਇਹ ਲਿਖਿਆ ਸੀ ਜਾਂ ਨਹੀਂ ਲਿਖਿਆ, ਉਹਦੇ ਵਿੱਚ ਕੀ ਪ੍ਰੈਂਬਲ ਕਹਿੰਦੀ ਹੈ, ਕੀ ਧਾਰਾ ਕਹਿੰਦੀ ਹੈ, ਕਈ ਉਹਦੀ ਬਣਤਰ ਕਹਿੰਦੀ ਆ, ਇਹ ਪਤਾ ਨਹੀਂ। ਇਹ ਤਾਂ ਰੱਖ ਰਖਾਵ ਰੱਖਣ ਲਈ ਕਿ ਪੰਜਾਬ ਦਾ ਨਾਮ ਵੀ ਆ, ਕਿ ਪੰਜਾਬ ਦੇ ਲੋਕ ਨਾ ਗੁੱਸੇ ਹੋਣ,
ਦੂਜਾ ਇਹ ਥੋੜ੍ਹਾ ਬਹੁਤ ਥੋੜ੍ਹਾ ਜਿਹੜਾ ਸੀਕਰਟ ਜਿਹੜਾ ਹੈ ਪੰਜਾਬ ਦੀਆਂ ਚੀਜ਼ਾਂ ਦੱਸੂਗਾ। ਦੂਜਾ ਹੈਗਾ ਕਿ ਜੇ ਇਹ ਮੰਤਰੀ ਬਣੇ ਜੇ ਉੱਧਰ ਫੰਡਿੰਗ ਆਉਂਦੀ ਹੈ ਤਾਂ ਪੰਜਾਬ ਦਾ ਥੋੜ੍ਹਾ ਬਹੁਤ ਰੋਹ ਬਣ ਸਕਦਾ। ਜੇ ਫੰਡਿੰਗ ਨਾਲ 2 ਰੁਪਏ ਲਿਆਉਂਦੇ, ਇਸ ਕਰਕੇ ਇਹਨੇ ਫੰਡਿੰਗ ਨਹੀਂ ਲਿਆਉਣੀ, ਇਸ ਕਰਕੇ ਨਹੀਂ ਲਿਆਉਣੀ ਕਿਉਂਕਿ ਸਰਕਾਰ ਤਾਂ ਇੱਥੇ ਦੂਜੀ ਹੈ, ਔਰ ਇਹ ਕਿਉਂ ਲਿਆਊਗਾ? ਜਿਹੜਾ ਫੰਡ ਇਹਨੂੰ ਮਿਲੂਗਾ ਇਹ ਆਪਣੇ ਇਲਾਕੇ ਲਈ ਥੋੜ੍ਹਾ ਬਹੁਤ ਕਰ ਜੂਗਾ, ਲੁਧਿਆਣੇ ਲਈ, ਲੁਧਿਆਣੇ 'ਚ ਤਾਂ ਅੱਗੇ ਬੜਿੰਗ ਦੀ ਬੈਠੇ ਆ। ਇਸ ਕਰਕੇ ਪੰਜਾਬ ਫਿਰ ਕੁਛ ਨਹੀਂ ਬਣਨਾ, ਜੋ ਕੁਛ ਬਣਾਉਣਾ ਇਹ ਯੂਪੀ, ਬਿਹਾਰ, ਮਦਰਾਸ, ਕਰਨਾਟਕ, ਬਾਕੀ ਸੂਬਿਆਂ 'ਚ ਬਣੂਗਾ, ਪੰਜਾਬ ਫਿਰ ਫਾਟੀ ਰਹਿ ਜਾਂਦਾ ਲੜਾਈ ਕਰਕੇ। ਗੱਲ ਇਹ ਹੈ ਕਿ ਅਕਸਰ ਪਬਲਿਕ ਇਹ ਗੱਲ ਕਰਦੀ ਆ ਕਿ ਜਦੋਂ ਉਹ ਹਾਰ ਗਏ, ਚੋਣਾਂ ਹਾਰ ਗਏ, ਪਬਲਿਕ ਨੇ ਉਹਨਾਂ ਨੂੰ ਸਵੀਕਾਰ ਨਹੀਂ ਕੀਤਾ, ਪਬਲਿਕ ਨੇ ਉਹਨਾਂ ਨੂੰ ਵਰਡਿਕਟ ਨਹੀਂ ਦਿੱਤਾ, ਉਹ ਰਾਜਾ ਵੜਿੰਗ ਨੂੰ ਦਿੱਤਾ ਤੇ ਮੰਤਰੀ ਇਹ ਬਣ ਗਏ ਹਾਰਨ ਤੋਂ ਬਾਅਦ। ਫਿਰ ਉਹਨਾਂ ਦੇ ਜਿੱਤਣ ਦਾ ਕੀ ਮਤਲਬ ਬਣਿਆ ਰਾਜਾ ਵੜਿੰਗ ਦੇ? ਮਤਲਬ ਇਹ ਸਾਰੀਆਂ ਗੱਲਾਂ ਆਉਂਦੀਆਂ ਨੇ ਕਿ ਰਾਜਾ ਵੜਿੰਗ ਉਹਨਾਂ ਕੋਲ ਕੋਈ ਕੰਮ ਨਹੀਂ ਹੋਏਗਾ ਕਿਉਂਕਿ ਉਹਨਾਂ ਨੂੰ ਸੌ ਨਹੀਂ ਚੁਕਵਾਈ ਗਈ। ਇਹਨਾਂ ਕੋਲ ਕੰਮ ਹੋਏਗਾ ਹਾਰਨ ਦੇ ਬਾਵਜੂਦ ਵੀ ਉਹਨਾਂ ਨੂੰ ਸੌ ਚੁਕਵਾਈ ਗਈ। ਇਹਦਾ ਮਤਲਬ ਹਰੇ ਨਹੀਂ ਗਏ, ਚਾਹੇ ਇੱਥੇ ਫਿਰ ਲੋਕਤੰਤਰ ਕੀ ਹੈ, ਜਦੋਂ ਵੋਟਿੰਗ ਦਿੰਦੇ ਅਸੀਂ ਵੋਟ ਕਾਸਟ ਹੈਗੇ ਲੋਕਾਂ ਨੂੰ, ਇੱਥੇ ਰੰਜਿਤ ਸੀਗੇ ਕਿ ਇਹਨਾਂ ਪਾਰਟੀ ਬਦਲੀ ਹੈ, ਕਾਂਗਰਸ ਛੱਡ ਕੇ ਉੱਧਰ ਗਏ, ਅਸੀਂ ਇਹਨਾਂ ਨਾਲ ਸਹਿਮਤ ਨੇਗੇ, ਲੋਕਾਂ ਦਾ ਇਹ ਸੀ ਫਤਵਾ। ਔਰ ਉਸ ਫਤਵੇ ਨੂੰ ਉਹਨਾਂ ਨੇ ਫਿਰ ਉਹਨੂੰ ਦਰਕਿਨਾਰ ਕਰਕੇ ਉਹਨਾਂ ਨੂੰ ਇਹਨਾਂ ਨੇ ਸਹੁੰ ਚੁਕਾਈ ਹੈ ਸਟੇਟ ਮਿਨਿਸਟਰ ਦੇ ਹਿਸਾਬ ਨਾਲ, ਰਾਜ ਮੰਤਰੀ, ਔਰ ਉਸ ਤੋਂ ਬਾਅਦ ਇਹ ਨਾ ਹਰੇ ਆ ਅਤੇ ਨਾ ਇਹ ਜਿੱਤੇ ਆ, ਦੋ ਪਾਸੇ ਦੇ ਕਰਕੇ ਫਿਰ ਵੀ ਇਹ ਮੰਤਰੀ ਬਣ ਗਏ। ਔਰ ਇਹਨਾਂ ਨੂੰ ਹਾਰਨ ਦਾ ਕੀ ਮਤਲਬ ਹੋ ਗਿਆ? ਕੋਈ ਹਾਰ ਤਾਂ ਹੋਈ ਨਹੀਂ ਇਹਨਾਂ ਦੀ। ਫਿਰ ਸਾਡਾ ਕਾਂਸਟੀਟਿਊਸ਼ਨ ਕੀ ਕਹਿੰਦਾ, ਸਾਡੀ ਡੈਮੋਕ੍ਰੇਸੀ ਕੀ ਕਹਿੰਦੀ, ਸਾਡਾ ਸਿਸਟਮ ਕੀ ਕਹਿੰਦਾ? ਜੇ ਹਰੇ ਨੂੰ ਬਣਾ ਦੇਣਾ, ਔਰ ਹਰਦੀਪ ਪੁਰੀ ਨੂੰ ਵੀ ਬਣਾਇਆ ਸੀ, ਉਹ ਵੀ ਹਰ ਗਏ ਸੀ ਉੱਥੋਂ ਅੰਮ੍ਰਿਤਸਰ ਤੋਂ। ਔਰ ਮੇਰਾ ਖਿਆਲ ਸੀ ਐਤਕੀ ਲੱਗਦਾ ਸੀ ਲੋਕ ਕਹਿੰਦੇ ਸੀ ਤਰਨਜੀਤ ਸੰਧੂ ਨੂੰ ਲੈਣਗੇ, ਕਿਉਂਕਿ ਅੰਬੈਸਰ ਆ ਚੁੱਕੇ, ਪੜ੍ਹੇ ਲਿਖੇ ਆਈ ਐਫ ਐਸ ਆਫਿਸਰ ਗੱਲ ਹੋਈ ਸੀ। ਇਹ ਜਿਹੜੇ ਸੂਝਵਾਨ ਨੂੰ ਲੈਣਾ ਜ਼ਰੂਰੀ ਬਣਦਾ ਹੈਗਾ, ਪਰ ਉਹਦੇ ਵਿੱਚ ਕੋਈ ਸੀਨੀਅਰ ਨੇਤਾ ਨੇ ਔਰ ਸੀਨੀਅਰ ਲੋਕ ਨੇ ਉਹਨਾਂ ਵਿੱਚ, ਇਹ ਤਾਂ ਮੁੰਡਾ ਖੁੰਡਾ, ਇਹਨੇ ਕੀ ਸੋਚ ਲੈਣਾ ਪੰਜਾਬ ਲਈ? ਉਹਨਾਂ ਨੇ ਅੰਮ੍ਰਿਤਸਰ ਬਾਰੇ ਜੋ ਕੁਛ ਕਿਹਾ ਸੀ ਕਿ ਅੰਬੈਸੀ ਵੀ ਇੱਥੇ ਲਿਆਵਾਂਗੇ, ਬ੍ਰਾਂਚਿਸ ਲਿਆਵਾਂਗੇ, ਅੰਮ੍ਰਿਤਸਰ ਨੂੰ ਡਿਵੈਲਪ ਕਰਾਂਗੇ, ਵਾਹਗਾ ਬਾਰਡਰ ਨੂੰ ਫਿਰ ਉਹਦੀ ਦਿੱਖ ਨੂੰ ਬਰਕਰਾਰ ਰੱਖਾਂਗੇ ਪੂਰੇ ਅੰਮ੍ਰਿਤਸਰ ਦੇ ਵਿੱਚ, ਕਹਿੰਦੇ ਸ਼ਰਧਾਲੂ 1 ਲੱਖ ਰੋਜ਼ ਆਉਂਦਾ, ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਲਿਆਉਣ ਲਈ, ਰਹਿਣ ਲਈ, ਬਹਿਣ ਲਈ ਸਾਰਾ ਕੁਛ ਬਣਾਇਆ ਜਾਵੇ। ਇਸ ਚੀਜ਼ ਨੂੰ ਜੇ ਸੈਂਟਰ ਧਿਆਨ ਵਿੱਚ ਰੱਖਦਾ ਤਾਂ ਵਧੀਆ ਸੀ। ਉਦੋਂ ਤਾਂ ਕਹਿੰਦੇ ਅੰਮ੍ਰਿਤਸਰ ਦਾ ਪਵਿੱਤਰ ਸ਼ਹਿਰ, ਅਸੀਂ ਇਹਦੇ ਲਈ ਆਹ ਕਰ ਦਾਂਗੇ, ਉਹ ਕਰ ਦਾਂਗੇ, ਇਹਨਾਂ ਨੂੰ ਕਰਨਾ ਚਾਹੀਦਾ ਜਾਂ ਨਹੀਂ? ਅਤੇ ਘੱਟੋ ਘੱਟ ਵੀ ਇਹ ਜਿਹੜੇ ਰਵਨੀਤ ਬਿੱਟੂ ਉਹਨਾਂ ਨੂੰ ਸਮਝਾ ਕੇ ਕਹਿਣ ਕਿ ਅੰਮ੍ਰਿਤਸਰ ਇੱਕ ਪਵਿੱਤਰ ਸ਼ਹਿਰ ਹੈ, ਉੱਥੇ ਤੁਸੀਂ ਆਹ ਪੈਸਾ ਖਰਚਣਾ, ਪੈਸਾ ਸਾਡੇ ਵੱਲੋਂ ਬੇਸ਼ੁਮਾਰ ਹੈਗਾ। ਫਿਰ ਤਾਂ ਲੋਕਾਂ ਦਾ ਰੋਸ, ਉਹਨਾਂ ਦਾ ਜਿਹੜਾ ਰੰਜਿਸ਼ ਆ, ਦੂਰ ਹੋ ਜੂਗੀ। ਅਤੇ ਜੇ ਬਿੱਟੂ ਜੀ ਨੇ ਫਿਰ ਦੇਖੋ, ਇਹ ਮੈਂ ਅੱਜ ਬੋਲ ਰਿਹਾ, ਬਿੱਟੂ ਜੀ ਨੇ ਪੰਜਾਬ ਬਾਰੇ ਬਹੁਤਾ ਕੁਛ ਨਹੀਂ ਕਰਨਾ, ਉਹਨਾਂ ਨੂੰ ਅੰਦਰੋਂ ਹੈਗਾ ਕਿ ਮੈਨੂੰ ਹਰਾਇਆ, ਉਹਨਾਂ ਨੇ ਕੀ ਕਰਨਾ ਹੈਗਾ? ਔਰ ਵੜਿੰਗ ਸਾਹਿਬ ਕੋਲ ਹੈ ਕੁਛ ਨਹੀਂ, ਔਰ ਉਹ 27 ਤੱਕ ਜਦੋਂ ਫਿਰ ਆਉਂਦੀ ਹੈ ਪਾਰਟੀ, ਫਿਰ ਕਾਂਗਰਸ ਆਉਂਦੀ ਹੈ, ਫਿਰ ਥੋੜ੍ਹਾ ਬਹੁਤ ਭਾਵੇਂ ਹੋ ਜਾਏ, ਨਹੀਂ ਤਾਂ ਹੁਣ ਤਾਂ ਨਹੀਂ ਹੋਊਗਾ, ਜਦੋਂ ਕਿ ਬਣਦਾ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਸਾਰਾ ਕੁਝ। ਦੇਖੋ ਗੱਲ ਇਹ ਹੈ ਕਿ ਕਾਂਗਰਸ ਨੂੰ ਛੱਡ ਕੇ ਬੀਜੇਪੀ 'ਚ ਗਏ ਆਪਣੇ ਪਰਸਨਲ ਫਾਇਦੇ ਵਾਸਤੇ, ਔਰ ਉਹ ਪਰਸਨਲ ਫਾਇਦਾ ਉਹਨਾਂ ਨੂੰ ਮਿਲ ਗਿਆ। ਬਿਲਕੁਲ ਸਹੀ ਵਰਡ ਹੈ, ਪਰਸਨਲ ਹੋ ਗਿਆ, ਵਿਅਕਤੀਗਤ ਫਾਇਦਾ। ਔਰ ਵਿਅਕਤੀਗਤ ਫਾਇਦਾ ਰਵਨੀਤ ਬਿੱਟੂ ਜੀ ਲੈ ਚੁੱਕੇ ਨੇ ਔਰ ਕੇਂਦਰ ਦੇ ਵਿੱਚ ਮੰਤਰੀ ਬਣ ਚੁੱਕੇ ਨੇ, ਸੁਸ਼ੋਭਿਤ ਹੋ ਗਏ। ਸੋ ਬਾਕੀ ਠੀਕ ਹੈ, ਚੱਲਦਾ ਹੈ। ਤੁਹਾਡੀ ਗੱਲ ਸਹੀ ਹੈ, ਅਮਿਤ ਸ਼ਾਹ ਨੇ ਕਹਿਤਾ ਕਿ ਵੱਡੇ ਅਹੁਦੇ 'ਤੇ ਭੇਜੂਗਾ, ਵੱਡਾ ਅਹੁਦਾ, ਔਰ ਸੈਂਟਰ ਦਾ ਇਹਨੂੰ ਵੱਡਾ ਅਹੁਦਾ ਹੈ ਹੀ ਨਹੀਂ ਗਾ। ਹੋਰ ਇਹਨਾਂ ਵੱਡੇ ਅਹੁਦਾ ਤਾਂ ਇਹਨਾਂ ਨੇ ਵੀ ਡਿਪਟੀ ਪ੍ਰਧਾਨ ਮੰਤਰੀ ਤਾਂ ਬਣਾਉਣ ਨੂੰ ਰਹੇ, ਜਿਹੜਾ ਉਹਨਾਂ ਨੇ ਬਣਾਤਾ ਇਹਦੇ ਯੋਗ ਹੈ ਸੀ, ਇਹਨਾਂ ਨੂੰ ਬਣਾਤਾ, ਔਰ ਉਹਦੇ ਨਾਲ ਇਹਨਾਂ ਨੂੰ ਖੁਸ਼ੀ ਆ ਗਈ, ਔਰ ਬੜੇ ਤਰੀਕੇ ਨਾਲ ਇੱਥੇ ਇਹਨਾਂ ਦੀ ਵੀਡੀਓ ਵੇਖੋ, ਜਦੋਂ ਪ੍ਰਧਾਨ ਮੰਤਰੀ ਆਏ ਔਰ ਉਹਨਾਂ ਨੂੰ ਮਿਲਣ ਲਈ ਕਿੱਧਰ ਦੇ ਦੌੜੇ ਭੱਜੇ ਫਿਰਦੇ, ਦੋ ਵਾਰੀ ਡਿੱਗੇ ਵੀ ਆ ਉਹਨਾਂ ਨੂੰ ਮਿਲਣ ਲਈ। ਔਰ ਦੇਖੋ ਉਦੋਂ ਤੱਕ ਇਹਨਾਂ ਦੀ ਗੋਂਦਾਂ ਬਣ ਰਹੀ ਸੀ, ਪਲਾਨਿੰਗ ਬਣ ਰਹੀ ਸੀ, ਅਮਿਤ ਸ਼ਾਹ ਦੇ ਕੋਲ ਵੀ ਗਏ ਔਰ ਰਵਨੀਤ ਬਿੱਟੂ ਜੀ ਪ੍ਰਧਾਨ ਮੰਤਰੀ ਨੂੰ ਮਿਲੇ, ਔਰ ਇਹਨਾਂ ਨੇ ਕਹਿਤਾ ਕਿ ਮੈਨੂੰ ਮੇਰੇ ਮਰਹੂਮ ਦਾਦਾ ਜੀ ਤੋਂ ਬਾਅਦ ਜੇ ਲਿਆਕਤ, ਜੇ ਉਹਨਾਂ 'ਚ ਸੁਸ਼ੋਭਤ, ਜੇ ਉਹਨਾਂ 'ਚ ਗੁਣ ਨੇ, ਇਹ ਮੋਦੀ ਜੀ ਕੋਲ ਹੈਗੇ ਆ। ਦੇਖੋ ਇਹ ਵੀ ਕੁਛ ਹੈਗਾ, ਮੰਨਦੇ ਹਾਂ ਕਿ ਮੋਦੀ ਜੀ 'ਚ ਬਹੁਤ ਵੱਡੀ ਯੋਗਤਾ, ਸਾਰਾ ਕੁਛ, ਉਹ ਆਪਣੇ ਦਾਦੇ ਨਾਲ ਮੇਲ ਕੇ ਸਾਰਾ ਕੁਛ ਕਰਕੇ ਔਰ ਆਪਣਾ ਫਾਇਦਾ ਚੱਕ ਗਿਆ, ਜਿੱਦਾਂ ਤੁਸੀਂ ਕਿਹਾ ਪਰਸਨਲ ਬੈਨੀਫਿਟ। ਤੁਸੀਂ ਇਹ ਕੀ ਕਿਹਾ ਕਿ ਉਹ ਦੋ ਵਾਰ ਡਿੱਗੇ,
ਜਦੋਂ ਭੱਜੇ ਆ ਨਾ ਉੱਦਾਂ ਦੀ ਲੱਭ ਰਹੇ ਆ ਤਾਂ ਨਿਕਲੇ ਜਾਂ ਵਿੱਚ ਦੀ ਸਿਕਿਉਰਿਟੀ ਦੇ ਵਿੱਚ ਦੀ ਜਾਣਾ ਆਉਣਾ ਭੀੜ ਦੇ ਵਿੱਚ ਦੀ ਬੰਦਾ ਫਿਸਲਦਾ ਤੁਰਦਾ ਜਦੋਂ ਕਾਹਲੀ ਤੁਰੋਗੇ ਫਿਰ ਵੱਜੋਗੇ ਇੱਕ ਦੂਜੇ 'ਚ ਡਿੱਗੇ ਤਾਂ ਨਹੀਂ ਹੈ ਇਹਦਾ ਡਿੱਗਣ ਦਾ ਮਤਲਬ ਹੈ ਜੇ ਇਹ ਡਿੱਗੇ ਉਦੋਂ ਜਦੋਂ ਹਰੇ ਆ ਇਹ ਆ ਡਿੱਗ ਇਹ ਆ ਚਲੋ ਫਾਇਦਾ ਲੈ ਲਿਆ ਜੀ ਔਰ ਆਪਣਾ ਹੁਣ ਅੱਗੇ ਹਾਂ ਭਵਿੱਖ ਬਾਰੇ ਸੋਚਣਗੇ ਜੀ ਅੱਗੇ ਕੀ ਕਰਨਾ ਖੈਰ ਇੱਕ ਫਿਲਮੀ ਡਾਇਲੋਗ ਆ ਹੋਤਾ ਹੈ ਚਲਤਾ ਹੈ ਦੁਨੀਆ ਹੈ ਬਿਲਕੁਲ ਸੋ ਅੱਗੇ ਚੱਲੀਏ ਆਪਾਂ ਜੋ ਹੋਤਾ ਹੈ ਮਨਜ਼ੂਰੇ ਖੁਦਾ ਹੋਤਾ ਹੈ ਚਲੋ ਮਨਜ਼ੂਰੇ ਖੁਦਾ ਹੋਤਾ ਹੈ ਔਰ ਹੁਣ ਅੱਗੇ ਕੰਗਨਾ ਰਨੌਤ ਜੀ ਉਹਨਾਂ ਦਾ ਜੋ ਕੁਲਵਿੰਦਰ ਕੌਰ ਨਾਲ ਝਗੜਾ ਹੋਇਆ ਔਰ ਉਹ ਸਾਰਾ ਅਸੀਂ ਜਾਣਦੇ ਹਾਂ ਸਾਰੀ ਡਿਟੇਲ ਸਾਨੂੰ ਪਤਾ ਨੇ ਜਿੰਨੀਆਂ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਨੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹੁਣ ਪੰਜਾਬ ਦੀ ਧਰਤੀ ਦੇ ਉੱਤੇ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਕੁਲਵਿੰਦਰ ਕੌਰ ਨੂੰ ਸਮਰਥਨ ਦੇ ਰਹੀਆਂ ਨੇ ਔਰ ਉਹਨਾਂ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੀਆਂ ਨੇ ਇਹ ਗੱਲ ਜਿਹੜੀ ਹੈਗੀ ਹੈ ਇਹ ਡੋਰ ਟੂ ਡੋਰ ਜਿਹੜਾ ਇਹ ਕੰਟਰੋਵਰਸ਼ੀਅਲ ਮਾਮਲਾ ਸੀਗਾ ਥੱਪੜ ਮਾਰਨ ਦਾ ਔਰ ਡੋਰ ਟੂ ਡੋਰ ਪੂਰੇ ਦੇਸ਼ 'ਚ ਚਲੇ ਗਿਆ ਵੀਡੀਓ ਰਾਹੀਂ ਔਰ ਜਦੋਂ ਤੁਸੀਂ ਫੇਸਬੁੱਕ ਜਦੋਂ ਤੁਸੀਂ ਇੰਸਟਾਗ੍ਰਾਮ ਜਦੋਂ ਤੁਸੀਂ ਕੋਈ ਵੀ ਸੋਸ਼ਲ ਮੀਡੀਆ ਖੋਲ੍ਹਦੇ ਜੇ ਉਹਦੇ 'ਤੇ ਪਹਿਲਾਂ ਇਹ ਆਊਗਾ ਔਰ ਇਹਦੇ ਵਿੱਚ ਇਹ ਹੈਗਾ ਕਿ ਕੁਛ ਲੋਕਾਂ ਨੂੰ ਇਹਦੇ 'ਤੇ ਰੰਜਿਸ਼ ਵੀ ਹੈਗੀ ਆ ਖਾਸ ਕਰਕੇ ਪੰਜਾਬ ਦੇ ਲੋਕਾਂ ਨੂੰ ਜੇ ਤੁਸੀਂ ਇੱਥੇ ਪੰਜਾਬੀ ਬੈਠੇ ਨੇ ਔਰ ਉਹ ਕੁੜੀ ਨੂੰ ਜੋ ਕੁਛ ਕਿਹਾ ਗਿਆ ਉਹ ਗਲਤ ਅਲਫਾਜ਼ ਸੀਗੇ ਜਿਹਨਾਂ ਸ਼ਬਦਾਂ ਵਿੱਚ ਕੁੜੀ ਨੂੰ ਰੋਹ ਆ ਗਿਆ ਗੁੱਸਾ ਆ ਗਿਆ ਜਦੋਂ ਉਹਦੀ ਮਾਂ ਦਾ ਨਾਂ ਲਿਆ ਗਿਆ ਜਦੋਂ ਪੰਜਾਬ ਦੇ ਕਿਸਾਨਾਂ ਦਾ ਨਾਂ ਲਿਆ ਗਿਆ ਤੁਸੀਂ ਵੀ ਜੇ ਕਿਤੇ ਜਾਓਗੇ ਪੰਜਾਬ ਦੀ ਜਦੋਂ ਕੋਈ ਅਤੇ ਕੋਈ ਤੋਹਮਤ ਹੁੰਦੀ ਹੈ ਜਾਂ ਕੋਈ ਪੰਜਾਬ ਦੇ ਉਲਟ ਬੋਲਦਾ ਤਾਂ ਤੁਹਾਡਾ ਖੂਨ ਖੌਲ ਲਏਗਾ ਤੁਸੀਂ ਕਿਸਾਨਾਂ ਦੇ ਬਾਰੇ ਉਲਟਾ ਸ਼ਬਦ ਨਹੀਂ ਸੁਣ ਪਾਓਗੇ ਔਰ ਇਹੀ ਕੁੜੀ ਦੇ ਵਿੱਚ ਆਇਆ ਉਹਨੇ ਆਪਣੀ ਨੌਕਰੀ ਦੀ ਪਰਵਾਹ ਨਹੀਂ ਕੀਤੀ ਉਹਨੇ ਕਿਹਾ ਵੱਡੀ ਗੱਲ ਮੈਨੂੰ ਕੱਢ ਦੇਣਗੇ ਹੋਰ ਤਾਂ ਮੈਨੂੰ ਮਾਰਨੋਂ ਰਹੇ FIR ਲਾਉਚ ਹੋਈ ਉਹਨਾਂ 'ਤੇ ਗ੍ਰਿਫਤਾਰ ਕੀਤਾ ਨੂੰ ਔਰ ਉਹ ਤੋਂ ਬਾਅਦ ਇਹਦੇ ਵਿੱਚ ਮਜੀਠੀਆ ਸਾਹਿਬ ਨੇ ਕਿਹਾ ਕਿ ਰਣੌਤ 'ਤੇ ਕਿਉਂ ਨਹੀਂ ਕੀਤਾ ਗਿਆ MP ਕਰਕੇ ਜਿਹੜਾ ਗਲਤ ਬੰਦਾ ਗਲਤ ਹੈਗਾ ਔਰ ਇਹਦੇ ਵਿੱਚ ਬਾਕੀ ਵੀ ਜਿਹੜੇ ਵਿਰੋਧੀ ਧਿਰ ਨੇ ਉਹਨਾਂ ਨੇ ਕਹਿਤਾ ਔਰ ਆਪ ਚੁੱਪ ਉਹਦੇ ਵਿੱਚ ਆਪਨੇ ਨਹੀਂ ਕਿਹਾ ਕਿ ਸਾਡੀ ਕੁੜੀ ਜਿਹੜੀ ਇੱਥੋਂ ਦੀ ਹੈਗੀ ਇਹਨੂੰ ਕਿਉਂ ਨੌਕਰੀ 'ਚੋਂ ਕੱਢਿਆ ਗਿਆ ਅਤੇ ਕਿਉਂ FIR ਲਾਉਚ ਕੀਤੀ ਗਈ ਉਹਦੇ ਵਿੱਚ ਪੰਜਾਬ ਪੁਲਿਸ ਆਪ ਇਨਵੋਲਵ ਹੋ ਗਈ ਆ ਔਰ ਦੇਖ ਲਓ ਕੀ ਕੁਛ ਹੈ ਇਹਦੀ ਰੰਜਿਸ਼ ਇਹਦਾ ਵਿਦਰੋਹ ਕਿਸਾਨਾਂ ਦੇ ਵਿੱਚ ਆਇਆ ਕਿਸਾਨਾਂ ਨੇ ਕੱਲ੍ਹ ਮੋਹਾਲੀ ਚੰਡੀਗੜ੍ਹ ਵਿੱਚ ਵੀ ਰੋਸ ਮਾਰਚ ਕੀਤਾ ਔਰ ਉਹਦੇ ਵਿੱਚ ਉਹਨਾਂ ਨੇ ਜਾ ਕੇ ਫਿਰ ਖਣੌਰੀ ਔਰ ਉੱਥੇ ਸ਼ੰਭੂ ਬਾਰਡਰ 'ਤੇ ਵੀ ਇਹ ਰੌਲਾ ਪਾਇਆ ਇੱਕ ਕਰਵਟ ਕਿਸਾਨਾਂ ਦੀ ਜਥੇਬੰਦੀ ਦੀ ਕਰਵਟ ਦੂਜੇ ਪਾਸੇ ਆ ਗਈ ਰੰਗ ਬਦਲ ਗਈ ਇਸ ਕਰਕੇ ਕੁਲਵਿੰਦਰ ਕੌਰ ਦੇ ਨਾਲ ਔਰ ਉਹਦੇ ਵਿੱਚ ਕਈ ਏਜੰਸੀਆਂ ਵੀ ਸਾਹਮਣੇ ਆਈਆਂ ਜਿਨ੍ਹਾਂ ਨੇ ਇਹਨਾਂ ਨੂੰ ਕਿਹਾ ਵੀ ਇਹਨੂੰ ਸਸਪੈਂਡ ਕੀਤਾ ਇਹਨੂੰ ਤਨਖਾਹ ਪੂਰੀ ਨਹੀਂ ਮਿਲਣੀ ਇੱਕ ਸਰਦਾਰ ਜੀ ਬੜੇ ਅੱਛੇ ਕੰਮ ਵਾਲੇ ਕੈਨੇਡਾ ਤੋਂ ਉਹਨਾਂ 5 ਲੱਖ ਦਾ ਇਹਨਾਂ ਨੂੰ ਕਰ ਦਿੱਤਾ ਇਨਾਮ ਵੀ ਤੂੰ ਸਾਡੇ ਵੱਲੋਂ ਆਹ ਮੇਰਾ ਹੈਗਾ ਤੂੰ ਇਹਨੂੰ ਜੋੜੇ ਰੱਖੇਂਗੀ ਔਰ ਤੂੰ ਇਸ ਮੁਸ਼ਕਿਲ ਵਿੱਚ ਤੇਰੇ ਕੰਮ ਆਊਗਾ ਔਰ ਇੱਕ ਬੈਂਸ ਮਿਸਟਰ ਬੈਂਸ ਨੇ ਮੋਹਾਲੀ ਤੋਂ ਉਹਨਾਂ ਨੇ 1 ਲੱਖ ਦਿੱਤਾ ਮਿਸਟਰ ਬਰਾੜ ਨੇ ਇੱਕ ਰਾਹੀ ਬਰਾੜ ਉਹਨਾਂ ਨੇ 50,000 ਦਿੱਤਾ ਔਰ ਇਸੇ ਤਰ੍ਹਾਂ ਕਈ ਏਜੰਸੀਆਂ ਹੋਰ ਵੀ ਸਾਹਮਣੇ ਆ ਰਹੀਆਂ ਇਹ ਗੱਲ ਹੁੰਦੀ ਹੈ ਮੁਸ਼ਕਿਲ ਵੇਲੇ ਕੰਮ ਆਉਣਾ ਉਸ ਕੁੜੀ ਨੇ ਕੋਈ ਇੰਡੀਵਿਜੁਅਲ ਗੱਲ 'ਤੇ ਨਹੀਂ ਲੜਾਈ ਕੀਤੀ ਉਹਨੇ ਪੂਰੀ ਜਥੇਬੰਦੀ ਬਾਰੇ ਲੜਾਈ ਕੀਤੀ ਹੈ ਪੰਜਾਬ ਨੂੰ ਜਦੋਂ ਕਹਿਤਾ ਕਿ ਪੰਜਾਬ ਦੇ ਵਿੱਚ ਅੱਤਵਾਦ ਆ ਪੰਜਾਬ ਵਿੱਚ ਗੈਂਗਵਾਦ ਆ ਔਰ ਇਸ ਕੰਗਣਾ ਰਣੌਤ ਨੂੰ ਪੁੱਛੇ ਕਿ ਤੂੰ ਇੱਕ ਬਹੁਤ ਵੱਡੀ ਲੀਡਰ ਨਹੀਂ ਜੇ ਕੋਈ ਲੀਡਰ ਅਮਿਤ ਸ਼ਾਹ ਜੀ ਕਹਿ ਸਕਦੇ ਆ ਰਾਜਨਾਥ ਜੀ ਕਹਿ ਸਕਦੇ ਸੀਗੇ ਕਿਉਂਕਿ ਉਹ ਮੰਤਰੀ ਨੇ ਹੈੱਡ ਨੇ ਇੱਕ ਪੋਰਟਫੋਲੀਓ ਦੇ ਜੇ ਉਹਨਾਂ ਨੂੰ ਚੰਗਾ ਨਹੀਂ ਲੱਗਦਾ ਪੰਜਾਬ ਦੇ ਵਿੱਚ ਜੋ ਊਣ ਤਾਈਆਂ ਨੇ ਤਾਂ ਉਹ ਬੋਲ ਸਕਦੇ ਅਜੇ ਤਾਂ ਅਜੇ MP ਬਣੇ ਅਜੇ ਸਹੁੰ ਖਾਧੀ ਹੈ ਤਾਂ ਸਹੁੰ ਖਾਧੀ ਨਹੀਂ ਤਾਂ ਪਹਿਲਾਂ ਹੀ ਇਹਨਾਂ ਨੇ ਰੌਲਾ ਪਾਤਾ ਕਿ ਮੈਂ ਪੰਜਾਬ ਨੂੰ ਨਹੀਂ ਪਸੰਦ ਕਰਦੀ ਪੰਜਾਬ 'ਚ ਇਸ ਕਰਕੇ ਪੰਜਾਬੀਆਂ ਨੂੰ ਗੁੱਸਾ ਆਇਆ ਨਾ ਕੇਵਲ ਇਕੱਲੀ ਕੁੜੀ ਨੂੰ ਔਰ ਕਿਸਾਨਾਂ ਨੂੰ ਵੀ ਆ ਗਿਆ ਅੱਜ ਨਹੀਂ ਕੱਲ੍ਹ ਵੀ 2-3 ਦਿਨ ਤੋਂ ਇਹ ਸਾਰੇ ਪਾਸੇ ਰੌਲਾ ਪੈ ਰਿਹਾ ਅੱਗੇ ਕਿਸਾਨ ਰੇਲਾਂ ਰੋਕਦੇ ਸੀ ਆਈ ਥਿੰਕ ਕਿਸਾਨਾਂ ਨੇ ਚੰਗਾ ਕੰਮ ਕੀਤਾ ਰੇਲ ਨਹੀਂ ਰੋਕੀ ਸੜਕ ਨਹੀਂ ਰੋਕੀ ਪ੍ਰਦਰਸ਼ਨ ਕੀਤਾ ਰੈਲੀਆਂ ਕੀਤੀ ਔਰ ਉਹਨਾਂ ਨੇ ਕਹਿਤਾ ਕਿ ਅਸੀਂ ਆਪਣੇ ਮੰਗਾਂ ਲਈ ਨਹੀਂ ਲੜ ਰਹੇ ਅਸੀਂ ਕੁਲਵਿੰਦਰ ਕੌਰ ਦੇ ਨਾਲ ਹਾਂ ਉਹਨਾਂ ਦੀ ਸਹਿਮਤੀ ਹੈ ਉਹਨਾਂ ਦਾ ਸਮਰਥਨ ਅਸੀਂ ਉਹਨਾਂ ਨੂੰ ਸਮਰਥਨ ਦੇਵਾਂਗੇ ਮਜ਼ਦੂਰ ਵੀ ਉਹਦੇ 'ਚ ਹੈਗੇ ਆ ਖੇਤੀ ਮਜ਼ਦੂਰ ਵੀ ਉਹਦੇ 'ਚ ਹੈਗੇ ਆ ਉਹ 'ਚ ਕਿਸਾਨ ਵੀ ਹੈਗੇ ਆ ਉਹ 'ਚ ਸਾਰੇ ਅਦਾਕਾਰ ਆਰਟਿਸਟ ਪੰਜਾਬ ਯੂਨਾਈਟਿਡ ਹੈ ਇਸ ਗੱਲ ਗੱਲ ਇਹ ਹੈ ਕਿ ਪਿਛਲੇ 3-4 ਸਾਲ ਤੋਂ ਇਹ ਗੱਲ ਬਾਰ ਬਾਰ
ਰਿਪੀਟ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਉਗਰਵਾਦ ਹੈ, ਪੰਜਾਬ ਦੇ ਵਿੱਚ ਟੈਰਰਿਜ਼ਮ ਹੈ, ਹਾਲਾਂਕਿ ਇੱਦਾਂ ਦੇ ਕੋਈ ਹਾਲਾਤ ਨਹੀਂ। ਔਰ ਜਾਣਕਾਰ ਜਿਹੜੇ ਵੱਡੇ ਵੱਡੇ ਪੋਲਿਸੀ ਮੇਕਰਸ ਜਾਂ ਜਿਹੜੇ ਜੜ੍ਹਾਂ ਤੱਕ ਪਹੁੰਚਦੇ ਨੇ ਗੱਲ ਦੀ, ਉਹ ਇਹ ਗੱਲ ਕਹਿੰਦੇ ਨੇ ਕਿ ਇੱਕ ਡੀਪ ਸਟੇਟ ਇੱਕ ਗਰੁੱਪ ਹੁੰਦਾ ਹੈ ਜਿਹੜਾ ਕੰਮ ਕਰਦਾ ਹੈ ਪਿੱਛੇ ਛੁਪਿਆ ਹੋਇਆ, ਲੁਕਿਆ ਹੋਇਆ, ਉਹਦੇ ਕੀ ਇੰਟਰਸਟ ਨੇ, ਉਹ ਕਿਉਂ ਪੰਜਾਬ ਦੇ ਅੰਦਰ ਇੱਦਾਂ ਦੇ ਮਾਹੌਲ ਨੂੰ ਪੈਦਾ ਕਰਨਾ ਚਾਹੁੰਦਾ, ਕੀ ਹਾਸਿਲ ਕਰਨਾ ਚਾਹੁੰਦਾ ਪੰਜਾਬ ਦੇ ਵਿੱਚ, ਇਹ ਵਿਚਾਰ ਕਰਨ ਵਾਲੀ ਗੱਲ ਹੈ। ਕਿਉਂਕਿ ਇਹ ਕੋਈ ਕੌਨਸਪਾਇਰੇਸੀ ਹੈ, ਇਹ ਕੋਈ ਸਾਜਿਸ਼ ਹੈ, ਇਹ ਕੋਈ ਏਜੰਡਾ ਹੈ ਜਾਂ ਇਹ ਕੋਈ ਪਲੈਨਿੰਗ ਹੈ ਜਿਸ ਦੇ ਤਹਿਤ ਇਹ ਵਾਰ ਵਾਰ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਪਿਛਲੇ ਕੁਝ ਸਾਲਾਂ ਤੋਂ ਕਿ ਪੰਜਾਬ ਦੇ ਅੰਦਰ ਟੈਰਰਿਜ਼ਮ ਹੈ, ਪੰਜਾਬ ਦੇ ਅੰਦਰ ਉਗਰਵਾਦ ਹੈ। ਔਰ ਜਿਹੜੇ ਉਹ ਇੰਟਲੈਕਚੁਅਲਸ ਨੇ, ਜਿਹੜੇ ਉਹ ਸਮਝਦਾਰ ਵਿਅਕਤੀ ਨੇ, ਸਮਾਜ ਨੂੰ ਸਮਝਦੇ ਨੇ, ਪੰਜਾਬ ਦੀ ਧਰਤੀ 'ਤੇ ਬੈਠੇ ਨੇ, ਉਹ ਕਹਿੰਦੇ ਨੇ ਕਿ ਪੰਜਾਬੀਆਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿਉਂਕਿ ਪੰਜਾਬ ਨੇ ਪਹਿਲਾਂ ਵੀ ਬਹੁਤ ਸੰਤਾਪ ਭੋਗ ਗਿਆ ਹੈ। ਇਹ ਕਿਹੜਾ ਗਰੁੱਪ ਹੈ ਜਿਹੜਾ ਇੱਦਾਂ ਦੀ ਚੀਜ਼ ਪੈਦਾ ਕਰਨਾ ਚਾਹੁੰਦਾ ਪੰਜਾਬ ਦੇ ਅੰਦਰ, ਔਰ ਉਹ ਇਸ ਤੋਂ ਕੀ ਫਾਇਦਾ ਲੈਣਾ ਚਾਹੁੰਦਾ, ਕਿ ਇਹ ਕੋਈ ਹਥਿਆਰ ਹੈ ਉਹਨਾਂ ਦਾ ਇੱਦਾਂ ਦਾ ਨੈਰੇਟਿਵ ਸੈੱਟ ਕਰਕੇ ਪੰਜਾਬ ਨੂੰ ਕਾਬੂ ਕਰਨ ਦਾ, ਕਿ ਪੰਜਾਬ ਸਿੱਧੀ ਤਰ੍ਹਾਂ ਨਾਲ ਕਾਬੂ ਨਹੀਂ ਆ ਰਿਹਾ ਅਤੇ ਇੱਦਾਂ ਦੀ ਸਾਜਿਸ਼ ਕਰਕੇ ਕਾਬੂ ਕਰਨਾ। ਇਹ ਵਿਚਾਰਕ ਕਹਿ ਰਹੇ ਨੇ ਕਿ ਹਰੇਕ ਪੰਜਾਬੀ ਨੂੰ ਸੋਚਣਾ ਚਾਹੀਦਾ ਕਿਉਂਕਿ ਇਹ ਸਾਰੇ ਪੰਜਾਬ ਦੇ ਉੱਤੇ ਔਰ ਸਾਰੇ ਪੰਜਾਬੀਆਂ ਦੇ ਉੱਤੇ ਇਲਜ਼ਾਮ ਹੈ ਕਿ ਇੱਦਾਂ ਦਾ ਮਾਹੌਲ ਪੰਜਾਬ ਦੇ ਵਿੱਚ ਹੈ, ਵੈਸੇ ਕੋਈ ਮਾਹੌਲ ਨਹੀਂ ਹੈ। ਵੈਸੇ ਇੱਕ ਗੱਲ ਹੈਗੀ ਹੈ, ਜੇ ਅਸੀਂ 4 ਦਹਾਕੇ ਪਿੱਛੇ ਨੂੰ ਮੁੜ ਜਾਈਏ, ਹਾਂਜੀ 1984 ਦਾ ਮਤਲਬ 40 ਸਾਲ ਪਿੱਛੇ ਨੂੰ ਵਾਪਸ ਜਾਈਏ, ਅਤੇ ਇਤਿਹਾਸ ਦੱਸਦਾ ਹੈ ਕਿ ਉਦੋਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਲੋਕਾਂ ਨੇ ਕੀਤੀਆਂ ਔਰ ਲੋਕਾਂ ਦਾ ਜਿਹੜਾ ਰੋਹ ਸੀ ਪੰਜਾਬੀਆਂ 'ਤੇ ਆ ਗਿਆ। ਜਦੋਂ ਕੋਈ ਵੀ ਪੰਜਾਬੀ ਬਾਹਰ ਜਾਂਦਾ ਸੀਗਾ ਤਾਂ ਉਹਨਾਂ ਨੂੰ ਕਹਿੰਦੇ ਸੀ ਇਹ ਪੰਜਾਬ 'ਚੋਂ ਆਇਆ, ਇਹ ਪੰਜਾਬ ਨੂੰ ਉਥਲ ਪੁਥਲ ਕਰਨ ਵਾਲਾ ਆਦਮੀ ਆ। ਔਰ ਉਹਦੇ ਵਿੱਚ ਹੁਣ ਵੀ ਇਹੀ ਗੱਲ ਹੋ ਗਈ, ਇੱਕ ਪੁਲਿਸ ਆਫਿਸਰ ਸੀਗਾ ਔਰ IPS ਜਦੋਂ ਉਹਨੂੰ ਇੱਕ ਭੀੜ ਦੇ ਵਿੱਚੋਂ ਆਵਾਜ਼ ਆਈ, ਰੌਲਾ ਪਾਇਆ, ਇਹ ਖਾਲਿਸਤਾਨੀ ਬੰਗਾਲ ਦੀ ਗੱਲ, ਬੰਗਾਲ ਦੀ ਗੱਲ ਸ਼ਾਇਦ ਤੁਹਾਨੂੰ ਯਾਦ ਹੋਊਗਾ। ਔਰ ਦੇਖੋ ਤਾਂ ਡਿਊਟੀ ਨਿਭਾ ਰਿਹਾ ਖਾਲਿਸਤਾਨੀ, ਇੱਧਰੋਂ ਕਿੱਧਰੋਂ ਹੈਗਾ, ਇਹੀ ਸ਼ਬਦ ਜਿਹੜੇ ਹੈਗੇ ਆ ਕੌਰ ਖਾਲਿਸਤਾਨੀ ਕੁਲਵਿੰਦਰ ਨੂੰ ਕਹੇ ਗਏ ਆ, ਵੀਡੀਓ ਉਹਦੀ ਹੈਗੀ ਆ। ਔਰ ਇਹੀ ਜਦੋਂ ਇਹ ਫਿਰ ਰੋਹ ਚੜ੍ਹ ਜਾਂਦਾ ਹੈਗਾ, ਇਹ ਲੋਕ ਤਾਂ ਸੁੱਤੇ ਪਏ ਆ, ਲੋਕਾਂ ਨੂੰ ਖਾਲਿਸਤਾਨ ਦਾ ਨਹੀਂ ਹੈਗਾ, ਪਬਲਿਕ ਨੂੰ ਕੋਈ ਨਹੀਂ ਹੈਗਾ, ਇਹ ਜਾਣ ਬੁੱਝ ਕੇ ਇਸ ਤਰ੍ਹਾਂ ਦੀਆਂ ਚੁਣੌਤੀਆਂ ਲਾ ਕੇ ਦੁਬਾਰਾ ਇਸ ਗੱਲ ਨੂੰ ਉਜਾਗਰ ਕਰਨਾ ਚਾਹ ਰਹੇ ਆ ਖਾਲਿਸਤਾਨ ਹੈ। ਜਿਸ ਤਰ੍ਹਾਂ ਕੈਨੇਡਾ ਵਿੱਚ ਰੌਲਾ ਪੈ ਜਾਂਦਾ, ਉੱਥੇ ਟਰੂਡੋ ਜੀ ਨੇ ਕੋਈ ਰੋਕਿਆ ਨਹੀਂ, ਕਿਸੇ ਨੂੰ ਕੁਛ ਨਹੀਂ ਹੋਇਆ। ਇਹੀ ਅੱਗੇ 1984 ਤੋਂ ਪਹਿਲਾਂ ਵੀ ਉੱਥੇ ਕੈਨੇਡਾ ਅਤੇ ਅਮੈਰੀਕਾ ਵਿੱਚ ਹੀ ਰੌਲਾ ਪਿਆ ਸੀ, ਸਾਡੇ ਸਾਰੇ ਦਰਸ਼ਕ ਚਾਹੇ ਨਾਰਾਈ ਵੀਰਾਂ ਨੂੰ ਪਤਾ ਹੈਗਾ। ਦੁਬਾਰਾ ਪੰਜਾਬ ਦੇ ਲੋਕ ਸ਼ਾਂਤੀ ਨਾਲ ਰਹਿੰਦੇ, ਇਹਨਾਂ ਨੂੰ ਇਹ ਨਹੀਂ ਹੁੰਦਾ, ਪਰ ਉੱਥੋਂ ਲੂਤੀਆਂ ਲਾਉਣ ਵਾਲੇ ਚੁਣੌਤੀਆਂ ਸੁੱਟਣ ਵਾਲੇ ਲੋਕ ਪੰਜਾਬੀਆਂ ਨੂੰ ਨਹੀਂ ਸੁਖੀ ਵਸਣਾ ਵੇਖਣਾ ਚਾਹੁੰਦੇ। ਜਿਹੜੀ ਤੁਸੀਂ ਗੱਲ ਕੀਤੀ ਸੀ, ਕੁਝ ਏਜੰਸੀਆਂ ਜਿਹੜੀਆਂ ਚੰਡਲਜ਼ ਹੋ ਜਾਂਦੀਆਂ, ਏਜੰਸੀਆਂ ਹੀ ਸਾਰਾ ਕੁਝ ਕਰਦੀਆਂ, ਉਹੀ ਸਾਰਾ ਕੁਛ ਭਾਂਬੜ ਬਾਲਦੀਆਂ, ਉਹੀ ਅੱਗ ਬਾਲਦੀਆਂ, ਉਹੀ ਧੂੰਆਂ ਰੋਲੀ ਕਰਦੀਆਂ ਪੰਜਾਬ ਵਿੱਚ ਵੀ। ਪੰਜਾਬ ਦੇ ਲੋਕ ਜਿਹੜੇ ਆ ਸੁਖੀ ਕਿਉਂ, ਇਹ ਸੋਹਣੇ ਕਿਉਂ, ਇਹ ਰੋਹਬ 'ਚ ਕਿਉਂ ਰਹਿੰਦੇ ਆ, ਹੈ ਨਾ, ਇਹ ਲੰਗਰ ਕਿਉਂ ਲਾਉਂਦੇ ਆ, ਗੁਰੂ ਮਹਾਰਾਜ ਨੂੰ ਕਿਉਂ ਧਿਆਉਂਦੇ ਆ, ਇਹ ਲੋਕਾਂ ਨੂੰ ਨਹੀਂ ਗੱਲਾਂ ਭੱਜਦੀਆਂ। ਔਰ ਜਦੋਂ ਕਿ ਬਾਹਰਲੇ ਸੂਬਿਆਂ ਵਿੱਚ ਵੀ ਇਹਨਾਂ ਦਾ ਬੋਲਬਾਲਾ ਹੈਗਾ, ਨੇਪਾਲ ਤੱਕ ਪੰਜਾਬੀ ਜਾ ਕੇ ਆਪਣੇ ਲੰਗਰ ਲਾ ਦਿੰਦੇ ਆ, ਔਰ ਪੰਜਾਬ ਤੋਂ ਬਾਅਦ ਬਾਹਰਲੇ ਸੂਬਿਆਂ ਵਿੱਚ ਸਾਰੀ ਜਗ੍ਹਾ ਇਹਨਾਂ ਨੂੰ ਸਰਬੱਤ ਦਾ ਭਲਾ ਹੀ ਨਜ਼ਰ ਆਉਂਦਾ, ਔਰ ਇਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਊਣਤਾਈ ਨਹੀਂ ਨਜ਼ਰ ਆਉਂਦੀ। ਔਰ ਇਹੀ ਗੱਲਾਂ ਜਿਹੜੀਆਂ ਹੈਗੀਆਂ ਪੰਜਾਬ ਨੂੰ ਵਧੀਆ ਤਰੀਕੇ ਨਾਲ ਸੁਖੀ ਵਸਣ ਦੇ ਵਿੱਚ ਜਿਹੜਾ ਉਹ ਉਹਨਾਂ ਨੂੰ ਚੁੰਬਕ ਪੈਂਦੀ ਆ, ਜਾਂ ਉਹਨਾਂ ਨੂੰ ਇਹ ਲੱਗਦਾ ਕਿ ਨਾ ਇਹ ਵਸਣ, ਔਰ ਉਸੇ ਕਰਕੇ ਕੁਛ ਨਾ ਕੁਛ 10 ਸਾਲ ਸ਼ਾਂਤੀ ਹੁੰਦੀ ਹੈ ਫਿਰ ਰੌਲਾ। ਇਹ ਅਸਲ ਜੇ ਇਤਿਹਾਸ ਪੜ੍ਹੀਏ ਨਾ ਤਾਂ ਪੰਜਾਬ ਪਹਿਲਾਂ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ, ਦਰਾ ਖੈਬਰ ਇਹਨੂੰ ਖੁੱਲ੍ਹਦਾ, ਸਾਰੇ ਮੁਲਾਵਰੇ ਇੱਥੇ ਆਉਂਦੇ ਸੀਗੇ, ਪੰਜਾਬ ਦੇ ਘਰਾਂ ਦੀਆਂ ਜਾਂ ਇਮਾਰਤਾਂ ਦੀਆਂ ਨੀਹਾਂ ਡੂੰਘੀਆਂ ਨਹੀਂ ਸੀ ਹੁੰਦਾ, ਹਰ 10ਵਾਂ ਔਰ ਹਰ 25 ਔਰ ਹਰ 50ਵੇਂ ਸਾਲ ਦੇ ਵਿੱਚ ਇੱਥੇ ਹਮਲੇ ਆਉਂਦੇ ਸੀ, ਔਰ ਘੋੜੇ ਆਉਂਦੇ ਸੀ, ਟਾਪਾਂ ਜੇ ਖੜਾਕ ਆਉਂਦਾ ਸੀਗਾ, ਸਰਹੰਦ ਲੁੱਟਿਆ ਜਾ ਰਿਹਾ ਸੀਗਾ, ਸਾਰੇ ਪਾਸੇ ਰੌਲਾ ਸੀਗਾ। ਔਰ ਉਹੀ ਹੁਣ ਹੁੰਦਾ ਕਿ ਪੰਜਾਬ ਨੂੰ ਇਹਨਾਂ ਨੇ ਕਹਿਣਾ ਸ਼ਾਂਤੀ ਨਾਲ ਰਹਿਣ, ਜਵਾਨੀਆਂ ਇੱਥੇ ਬਰਕਰਾਰ ਨਾਲ, 84 ਦੇ ਵਿੱਚ ਕਿੰਨੇ ਜਵਾਨ ਮਾਰੇ ਦਿੱਤੇ ਗਏ,
ਔਰ ਮੇਰਾ ਖਿਆਲ ਹੈ ਅਸੀਂ ਇਸ ਗੱਲ ਨੂੰ ਅੱਗੇ ਨਹੀਂ ਗੱਲ ਕਰਾਂਗੇ, ਹੋਰ ਗੱਲਾਂ ਬਹੁਤ ਨੇ ਔਰ ਉਹਨਾਂ ਦੇ ਵਿੱਚ ਵੀ ਨਜ਼ਰਸਾਨੀ ਕਰਦੇ ਬਿਲਕੁਲ ਨਜ਼ਰਸਾਨੀ ਕਰਦੇ ਹਾਂ ਜੀ ਜੀ। ਅਗਲੀ ਗੱਲ ਇਹ ਹੈ ਕਿ ਮਜੀਠੀਆ ਜੀ ਨੂੰ ਸਿੱਟ ਨੇ ਬੁਲਾਇਆ ਹੈ ਨਸ਼ਾ ਤਸਕਰੀ ਅਤੇ ਮਨੀ ਲਾਂਡਰਿੰਗ ਦੇ ਕੇਸ ਦੇ ਵਿੱਚ ਪੁੱਛਗਿੱਛ ਵਾਸਤੇ, ਔਰ ਇਹ ਕੇਸ ਕਾਫੀ ਲੰਬਾ ਚੱਲਦਾ ਪਿਆ, ਉਹਨਾਂ ਦੇ ਉੱਤੇ ਬੜੇ ਇਲਜ਼ਾਮ ਨੇ, ਜੇਲ੍ਹ ਵਿੱਚ ਵੀ ਉਹ ਕਾਫੀ ਸਮਾਂ ਕੱਟ ਕੇ ਆਏ ਨੇ, ਪਰ ਹਜੇ ਇਨਕੁਆਇਰੀ ਚੱਲਦੀ ਪਈ ਹੈ, ਬੇਲ 'ਤੇ ਨੇ ਅਤੇ ਹੁਣ ਇਹ ਦੁਬਾਰਾ ਸਿੱਟ ਦੇ ਸਾਹਮਣੇ ਪੇਸ਼ ਹੋਣਾ, ਸੰਮਨ ਆਏ ਹੋਏ ਨੇ। ਹਾਂ, ਮਜੀਠਾ ਬਿਕਰਮਜੀਤ ਮਜੀਠਾ ਜੀ ਜਿਹੜੇ ਆ ਮਾਝੇ ਦੇ ਬੜੇ ਵੱਡੇ ਸਿਆਸਤਦਾਨ ਨੇ, ਜਰਨੈਲ ਨੇ, ਔਰ ਬੜੇ ਤਰੀਕੇ ਨਾਲ ਉਹਨਾਂ ਨੂੰ ਲੋਕ ਵੀ ਮੰਨਦੇ ਆ ਔਰ ਸਾਰਾ ਕੁਛ, ਪਰ ਇਹਨਾਂ 'ਤੇ ਜਿਹੜਾ ਬਲੇਮ ਲੱਗਿਆ ਉਹ ਨਾ ਸਹਾਰਨਯੋਗ ਵੀ ਹੈ ਲੋਕਾਂ ਲਈ, ਕਿ ਇਹਨਾਂ 'ਤੇ ਇੱਕ ਤਾਂ ਨਸ਼ਾ ਤਸਕਰੀ ਦਾ, ਇੱਕ ਮਨੀ ਲੈਂਡਰਿੰਗ ਦਾ ਸੀਗਾ, ਔਰ ਉਹਦੇ ਵਿੱਚੋਂ ਜੇਲ੍ਹ 'ਚੋਂ ਹੀ ਆ ਕੇ ਇਹਨਾਂ ਨੇ ਇਲੈਕਸ਼ਨ ਲੜੀ ਸੀਗੀ, ਔਰ ਉਸ ਤੋਂ ਬਾਅਦ ਇਹ ਮੰਤਰੀ ਵੀ ਰਹੇ ਆ ਪਹਿਲਾਂ, ਉਹਦੇ ਵਿੱਚ ਮੰਤਰੀ ਇਹ ਸੀਗੇ ਮਾਲ ਦੇ ਮੰਤਰੀ ਰਹੇ ਆ, ਔਰ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਵੱਡੇ ਵੱਡੇ ਅਹੁਦਿਆਂ 'ਤੇ ਕੰਮ ਕੀਤਾ, ਪਰ ਹੁਣ ਸਿੱਟ ਨੇ ਦੁਬਾਰਾ ਇਹਨਾਂ ਨੂੰ ਇੱਕ ਵਾਰੀ ਪਹਿਲਾਂ ਇਹਨਾਂ ਦੀ ਇਨਕੁਆਇਰੀ ਹੋਈ ਸੀ ਉਦੋਂ ਵੀ ਬੁਲਾਇਆ ਸੀਗਾ, ਹੁਣ ਇਹਨਾਂ ਨੂੰ ਪਟਿਆਲੇ ਫਿਰ ਬੁਲਾ ਲਿਆ, ਉਹਦੇ ਵਿੱਚ ਫਿਰ ਇਹਨਾਂ ਦੀ ਪੜਚੋਲ, ਇਹਨਾਂ ਦੀ ਪੁੱਛ ਪੜਤਾਲ ਹੋ ਗਈ, ਔਰ ਇਹਨਾਂ ਦੇ ਇਹ ਵੀ ਕਿਹਾ ਕਿ ਇਹਨਾਂ ਦੀ ਜਾਇਦਾਦ ਕਿੰਨੀ ਬਣੀ ਆ, ਉਹਦਾ ਉਹਨੂੰ ਖੰਘਾਲਿਆ ਜਾਊਗਾ ਕਿੱਥੇ ਕਿੱਥੇ ਕੀ ਕੁਛ ਬਣਾਇਆ, ਔਰ ਪਹਿਲਾਂ ਕਿੰਨਾ ਸੀਗਾ। ਵੈਸੇ ਮੰਤਰੀ ਤਾਂ ਪਹਿਲਾਂ ਲਿਖ ਦਿੰਦੇ, ਜਦੋਂ ਇਹਨਾਂ ਨੇ ਮੰਤਰੀ ਬਣਨਾ ਹੁੰਦਾ ਔਰ ਉਮੀਦਵਾਰ ਬਣਨਾ ਤਾਂ ਉਦੋਂ ਲਿਖ ਕੇ ਦਿੰਦੇ ਵੀ ਸਾਨੂੰ ਕੋਈ ਇੰਨੀ ਉਮੀਦ ਹੈਗਾ ਵਾ, ਉਹਨੂੰ ਖੰਘਾਲਿਆ ਜਾਂਦਾ, ਔਰ ਉਹ ਤੋਂ ਬਾਅਦ ਫਿਰ ਪਤਾ ਕਰਦੇ ਜਦ ਮੰਤਰੀ ਬਣਨ ਤੋਂ ਬਾਅਦ ਕਿੰਨੀ ਵੱਧ ਗਈ ਹੈ, ਔਰ ਉਹ ਤੋਂ ਬਾਅਦ ਕੀ ਕੁਛ ਹੋਇਆ, ਉਹ ਏਜੰਸੀਆਂ ਲੱਗਦੀਆਂ, ਪਰ ਲੱਗਦੀਆਂ ਉਦੋਂ ਜਦੋਂ ਮੰਤਰੀ ਨਹੀਂ ਰਹਿੰਦੇ, ਜਦੋਂ ਮੰਤਰੀ ਹੁੰਦੇ ਆ ਉਦੋਂ ਕੁਛ ਨਹੀਂ ਕਰ ਸਕਦੀ, ਨਾ ਇੰਟੈਲੀਜੈਂਸ, ਨਾ ਵਿਜੀਲੈਂਸ ਅਤੇ ਨਾ ਸਿਟਸ, ਇਹ ਜਦੋਂ ਅਹੁਦੇ ਤੋਂ ਦੂਰ ਹੋ ਜਾਂਦੇ ਆ ਉਦੋਂ ਤੱਕ ਫਿਰ ਇਹਨਾਂ 'ਤੇ ਕੇਸ ਹੁੰਦੇ ਆ। ਪੰਜਾਬ ਵਿੱਚ ਤਮਾਮ ਮੰਤਰੀ ਆ ਜਿਹਦੇ 'ਚ ਮਨਪ੍ਰੀਤ ਬਾਦਲ ਤੋਂ ਲੈ ਕੇ ਓ ਪੀ ਸੋਨੀ ਔਰ ਧਰਮਸੋਤ ਜਿਹੜੇ ਉਹਦੇ 'ਚ, ਉਹ ਵੈਦ ਔਰ ਕਈ ਮੰਤਰੀ ਆ ਜਿਹੜੇ ਇਸ ਸਿਕੰਜੇ ਵਿੱਚ ਫਸੇ ਆ, ਔਰ ਉਹਨਾਂ 'ਤੇ ਸਿਕੰਜਾ ਉਸੇ ਤਰ੍ਹਾਂ ਹੀ ਮੰਡਲਾ ਰਿਹਾ, ਔਰ ਉਹਦੇ ਵਿੱਚ ਕੁਛ ਆਪ ਸਰਕਾਰ ਨੇ, ਕੁਛ ਉਦੋਂ ਪਹਿਲਾਂ ਦੀ ਸਰਕਾਰਾਂ ਵਿੱਚ, ਜਿਹਦੇ ਵਿੱਚ ਕਾਂਗਰਸ ਹੀ ਆ, ਅਕਾਲੀ ਆ, ਜਿਹਦੇ ਵਿੱਚ ਬਾਕੀ ਵੀ ਉਮੀਦਵਾਰ ਜਿਹੜੇ ਰਹੇ ਆ ਉਹ ਆ। ਔਰ ਹੁਣ ਜਿਹੜੀ ਗੱਲ ਇੱਥੋਂ ਤੱਕ ਚੱਲਦੀ ਆ ਰਹੀ ਆ ਕਿ ਇਹਨਾਂ ਦੇ ਬਾਰੇ ਜੋ ਕੁਛ ਸਿਟਸ ਨੇ ਕਰਨਾ ਹੈਗਾ, ਔਰ ਮੇਰਾ ਖਿਆਲ ਅਜੇ ਤੱਕ ਅੰਦਰ ਤਾਂ ਹੋਏ ਨਹੀਂ, ਨਾ ਇਹਨਾਂ ਨੂੰ ਕਿਸੇ ਨੇ ਕਰਨਾ ਹੈਗਾ, ਸਿਰਫ ਇਹ ਹੋਈ ਹੈਗਾ ਇਹ 2027 ਤੋਂ ਬਾਅਦ ਦੇਖ ਲਓ ਫਿਰ ਆ ਜਾਣੇ ਆ, ਇਹਨਾਂ ਨੇ ਆਉਣਾ ਇਹੀ ਖਾਨਦਾਨੀ ਤੌਰ 'ਤੇ, ਇਹ ਰਹੇ ਹੀ ਸਿਆਸਤ ਵਿੱਚ ਹੈ, ਰਹੇ ਮੰਤਰੀ ਆ, ਇਹਨਾਂ ਨੂੰ ਕਹਿੰਦੇ ਹੱਥ ਪਾਉਣਾ, ਇਹਨਾਂ ਨੂੰ ਪਤਾ, ਏਜੰਸੀਆਂ ਨੂੰ ਪਤਾ ਵੀ ਇਹਨਾਂ ਕੱਲ੍ਹ ਨੂੰ ਪਰਸੋਂ ਨੂੰ ਆ ਹੀ ਜਾਣਾ, ਅੱਜ ਨਹੀਂ ਕੱਲ੍ਹ ਨਹੀਂ, ਜਦੋਂ ਆਪ ਸਰਕਾਰ ਖਤਮ ਹੋ ਗਈ 2 ਸਾਲ 2.5 ਸਾਲ ਨਿਕਲ ਗਏ ਉਹਨਾਂ ਦੇ, 2.5 ਸਾਲ ਹੈਗੇ ਆ, ਉਹ ਆ ਰੌਲੇ ਰੱਪੇ 'ਚ ਨਿਕਲ ਜਾਣੇ, ਫਿਰ ਦੇਖ ਲਓ ਅਕਾਲੀ ਦਲ ਆਉਂਦਾ ਜਾਂ ਕਾਂਗਰਸ ਆਉਂਦੀ ਆ, ਐਤਕੀ ਦੱਸਤਾ ਪਬਲਿਕ ਨੇ ਕਾਂਗਰਸ ਲੈ ਗਈ ਵੋਟਾਂ, ਕਿੰਨੀਆਂ 7 ਸੀਟਾਂ ਲੈ ਗਈ, ਔਰ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਸਰਕਾਰ ਬਣ ਜਾਣੀ। ਕਈ ਵਾਰ ਇਹ ਗੱਲ ਸੋਚਣ 'ਤੇ ਮਜਬੂਰ ਕਰਦੀ ਆ ਜੀ, ਕਿ ਜਦੋਂ ਪੁਲਿਸ ਅਰੈਸਟ ਕਰਨ ਵਾਸਤੇ ਆਉਂਦੀ ਹੈ, ਅਰੈਸਟ ਵਾਰੰਟ ਲੈ ਕੇ ਆਉਂਦੀ ਹੈ, ਉਦੋਂ ਇਹ ਲੱਭਦਾ ਹੀ ਨਹੀਂ ਕਿੱਥੇ ਗਏ, ਰੂਪੋਸ਼ ਹੋ ਗਏ, ਅੰਡਰਗਰਾਊਂਡ ਹੋ ਗਏ, ਕਿੱਥੇ ਚਲੇ ਗਏ, ਐਡੀਆਂ ਵੱਡੀਆਂ ਸਿਕਿਉਰਿਟੀਆਂ, ਜ਼ੈਡ ਸਿਕਿਉਰਿਟੀ ਮਿਲੀ ਹੋਈ ਹੈ, ਉਹ ਸਿਕਿਉਰਿਟੀ ਦੋ ਵਿੱਚੋਂ ਨਿਕਲ ਕੇ ਕਿਤੇ ਰੂਪੋਸ਼ ਹੋ ਗਏ, ਮਨਪ੍ਰੀਤ ਬਾਦਲ ਲੱਭੇ ਨਹੀਂ, ਔਰ ਕਿੰਨੀ ਵਿਜੀਲੈਂਸ ਮਗਰ ਲੱਗੀ, ਅੰਡਰਗਰਾਊਂਡ ਹੋ ਗਏ, ਉਹ ਸਿਕਿਉਰਿਟੀ ਕੀ ਕਰਦੀ ਪਈ ਸੀ, ਜ਼ੈਡ ਪਲੱਸ ਸੁਰੱਖਿਆ ਕੀ ਕਰਦੀ ਪਈ ਸੀ, ਮਿਨਿਸਟਰ ਦੇ ਨਾਲ ਐਡੀ ਵੱਡੀ ਸੁਰੱਖਿਆ, ਔਰ ਸੁਰੱਖਿਆ ਨੂੰ ਨਹੀਂ ਪਤਾ ਮੰਤਰੀ ਰੂਪੋਸ਼ ਹੋ ਗਿਆ, ਅੱਖਾਂ ਬੰਦ ਕਰ ਲੈਂਦੀ ਸੀ, ਮੰਤਰੀ ਅੰਡਰਗਰਾਊਂਡ ਹੋ ਗਿਆ, ਵਾਟਸ ਹੈਪਨਿੰਗ, ਇਹ ਕਿਸੇ ਨੂੰ ਵੀ ਸਮਝ ਆਉਂਦਾ ਪਿਆ ਕਿ ਸਭ ਮਿਲੀ ਭੁਗਤ ਹੈ, ਮਿਲ ਜੁਲ ਕੇ ਚੱਲਦੇ ਨੇ, ਕਿ ਅੱਜ ਅਸੀਂ ਨਹੀਂ ਹੈਗੇ, ਕੱਲ੍ਹ ਨੂੰ ਅਸੀਂ ਪਾਵਰ 'ਚ ਆਵਾਂਗੇ, ਫਿਰ ਤੁਹਾਡਾ ਕੀ ਬਣੂਗਾ, ਫਿਰ ਉਹ ਆਫਿਸਰ ਸਾਹਿਬਾਨ ਸੋਚਦੇ ਨੇ ਵਾਕਈ ਯਾਰ ਕੀ ਪਤਾ ਕਿਸ ਵਕਤ ਵਿਜਾਰਤ ਬਦਲ ਜਾਏ, ਅਤੇ ਇਹ ਆ ਕੇ ਬਹਿ ਜਾਣ, ਫਿਰ ਤਾਂ ਸਾਡੇ ਵਾਸਤੇ ਨੌਕਰੀ ਕਰਨਾ ਮੁਸ਼ਕਲ ਹੋ ਜੂਗਾ, ਇਹਨਾਂ ਦਾ ਸਾਥ ਦਿੰਦੇ ਹਾਂ, ਔਖੇ ਵੇਲੇ ਇਹਨਾਂ ਦਾ ਸਾਥ ਦਈਏ, ਫਿਰ ਜਦੋਂ ਉਹਨਾਂ ਦੇ ਔਖਾ ਵੇਲਾ ਆਉਂਦਾ ਫਿਰ ਉਹ ਸਾਥ ਦਿੰਦੇ ਨੇ, ਇਹ ਮਿਲ ਜੁਲ ਕੇ ਚੱਲਦਾ ਹੈ, ਇਹ ਕਰਪਸ਼ਨ ਨਹੀਂ ਹੈ, ਇਹ ਕੋਆਪਰੇਸ਼ਨ ਹੈ, ਇਹ ਕੋਆਪਰੇਸ਼ਨ ਨਾਲ ਕੰਮ ਚੱਲਦਾ ਹੈ, ਔਰ ਇੱਦਾਂ ਹੀ ਸਾਰਾ ਸਿਸਟਮ ਉੱਤੇ ਤੋਂ ਥੱਲੇ ਤੱਕ ਚੱਲਦਾ ਪਿਆ, ਇਹ ਵਿਚਾਰਕ ਜਿਹੜੇ ਨੇ ਸਾਡੇ
ਚਿੰਤਕ ਜਿਹੜੇ ਨੇ ਜਿਹੜੇ ਭਾਰਤ ਬਾਰੇ ਜਾਂ ਭਾਰਤ ਦੇ ਲੋਕਾਂ ਬਾਰੇ ਸੋਚਦੇ ਨੇ ਉਹ ਇਹ ਵਿਚਾਰ ਕਰਦੇ ਨੇ ਅਤੇ ਮੱਥੇ 'ਤੇ ਹੱਥ ਧਰ ਕੇ ਬਹਿ ਜਾਂਦੇ ਨੇ। ਵੈਸੇ ਇਹਨਾਂ ਦਾ ਇਹ ਵੀ ਹੈ ਪੁਲਿਸ ਦੇ ਵਿੱਚ, ਜੇ ਪੁਲਿਸ ਵਾਲਾ ਦੂਜਾ ਕੰਮ ਕਰ ਜਾਂਦਾ ਜਦੋਂ ਭਗੌੜਾ ਹੋ ਜਾਂਦਾ ਉਹਨੂੰ ਇਹਨਾਂ ਨੇ ਨਹੀਂ ਫੜਨਾ, ਉਹਨਾਂ ਨੂੰ ਬਾਕੀ ਦੂਜੇ ਜਿਹੜੇ ਨਾਲ ਦੇ ਦੂਜੇ ਗਾ ਹੈਗੇ ਅਗਵਾ ਉਹਨਾਂ ਨੂੰ ਫੜ ਲੈਣਗੇ। ਜਿਹੜਾ ਢਿੱਲੋਂ ਬ੍ਰਦਰ ਦਾ ਮਰਡਰ ਹੋਇਆ ਸੀਗਾ, ਜੇ ਮਰ ਗਏ ਸੀਗੇ ਦੋਵੇਂ ਮੁੰਡੇ ਬਿਆਸ ਦਰਿਆ ਵਿੱਚ ਪੁਲਿਸ ਨੂੰ ਛਾਲ ਮਾਰ ਕੇ, ਪਹਿਲਾਂ ਛੋਟਾ ਜੋ ਮੁੰਡਾ ਸੀਗਾ ਉਹਦੀ ਡੈਥ ਹੋ ਗਈ, ਔਰ ਉਸ ਤੋਂ ਬਾਅਦ ਵੱਡਾ ਮਾਨਮ ਢਿੱਲੋਂ ਉਹਨੇ ਵੀ ਛਾਲ ਮਾਰਤੀ ਉਹਨੇ ਆਪਣੇ ਭਰਾ ਨੂੰ ਫੜਨ ਲਈ। ਉਹਤੋਂ ਬਾਅਦ ਜਿਹੜਾ SHO ਸੀਗਾ ਇੱਥੇ ਜਲੰਧਰ ਦਾ, ਜਿਹਨੇ ਉਹਨਾਂ ਦੀ ਬੇਅਦਬੀ ਕੀਤੀ, ਉਹਨਾਂ ਦੀ ਪਗੜੀ ਲਾਈ ਔਰ ਉਹਨਾਂ 'ਤੇ ਕੇਸ ਕੀਤੇ, ਜਦੋਂ ਉਹਨੂੰ ਉਹ ਭਗੌੜਾ ਹੋ ਗਿਆ ਜਦੋਂ ਉੱਤੇ ਕੇਸ ਚੱਲਿਆ ਉਹ ਨਹੀਂ ਲੱਭਾ, ਉਹਨੂੰ ਲੱਭਦਿਆਂ ਲੱਭਦਿਆਂ ਅਜੇ ਤੱਕ ਉਹਦਾ ਪਤਾ ਨਹੀਂ ਲੱਗਿਆ, ਉਹਨੂੰ ਸਸਪੈਂਡ ਕੀਤਾ ਸਾਰਾ ਕੁਝ ਕਰਨ ਤੋਂ ਬਾਅਦ, ਉਹ ਅਜੇ ਤੱਕ ਵੀ ਉਹਨਾਂ ਦੇ ਹੱਥ ਨਹੀਂ ਆਇਆ, ਕੁਛ ਨਹੀਂ ਹੋਇਆ। ਦੋ ਬੰਦੇ ਜਿਹੜੇ ਸੀ ਉਹ ਫੜੇ, ਉਹਨਾਂ ਨੂੰ ਫਿਰ ਇਹਨਾਂ ਨੇ ਬਹਾਲ ਕਰ ਦਿੱਤਾ। ਪੁਲਿਸ ਲਈ ਵੀ ਕਰਦੀ ਹੈ, ਨੇਤਾ ਲਈ ਵੀ ਕਰਦੀ ਹੈ, ਅਤੇ ਮਰਦਾ ਕੌਣ? ਆਮ ਬੰਦਾ। ਆਮ ਬੰਦਾ ਜੇ ਕਿਤੇ ਭੱਜ ਕੇ ਏਅਰਪੋਰਟ 'ਤੇ ਜਾਂਦਾ ਉੱਥੇ ਪਹਿਲਾਂ ਫੋਰਸ ਖੜੀ ਹੁੰਦੀ ਹੈ, ਉਹਨੂੰ ਜਹਾਜ਼ ਤੋਂ ਚੜ੍ਹਦੇ ਫੜ ਲਈ ਲਿਆ ਜਾਂਦਾ ਦਿੱਲੀ ਏਅਰਪੋਰਟ 'ਤੇ, ਉਹ ਨਹੀਂ ਜਾਣ ਦਿੰਦੇ। ਨੇਪਾਲ ਤੋਂ ਫੜ ਲਿਆਉਂਦੇ ਜੇ ਕਿਤੇ ਜਾਂਦੇ ਆ, ਤਾਂ ਬੰਗਲਾਦੇਸ਼ 'ਚੋਂ ਫੜ ਲਿਆਉਂਦੇ, ਪਰ ਉਹਨਾਂ ਦੀਆਂ ਅੱਖਾਂ ਉਦੋਂ ਉੱਥੇ ਨਹੀਂ ਕੰਮ ਕਰਦੀਆਂ, ਅੱਖਾਂ ਜਿਹੜੀਆਂ ਉਦੋਂ ਬੰਦ ਹੋ ਜਾਂਦੀਆਂ ਲੀਡਰਾਂ ਲਈ, ਅੱਖਾਂ ਬੰਦ ਹੋ ਜਾਂਦੀਆਂ ਆਪਣੇ ਅਧਿਕਾਰੀਆਂ ਲਈ। ਅਧਿਕਾਰੀ ਇੱਥੇ ਤੁਰਿਆ ਫਿਰੇ ਸਾਰਾ ਕੁਛ ਕਰਦਾ ਫਿਰੇ, ਕੁਛ ਨਹੀਂ ਹੁੰਦਾ। ਤਰਨ ਤਾਰਨ ਦਾ ਕੇਸ ਸੀਗਾ ਜਿਹਦੇ ਵਿੱਚ ਇੱਕ ਨੂੰ ਉਮਰ ਕੈਦ ਹੋਈ ਹੈ, SHO ਜਿਹੜਾ ਸੀਗਾ ਉਹਦੇ 'ਤੇ ਵੀ ਕੇਸ ਹੋਇਆ, ਔਰ ਉਹਦੇ ਵਿੱਚ ਉਹਨੇ 3 ਬੰਦੇ ਮਾਰ ਦਿੱਤੇ ਸੀਗੇ ਅਜੇ ਤੱਕ। ਉਹ 30 ਸਾਲ ਲੱਗ ਗਏ, ਉਹਨਾਂ ਦਾ ਪਿਓ ਬਜ਼ੁਰਗ ਸੀਗਾ, ਉਹ ਵਿਚਾਰਾ ਨੰਗੇ ਪੈਰੀਂ ਚੱਲਦਾ ਰਿਹਾ ਔਰ ਕੇਸ ਲੜਦਾ ਰਿਹਾ। CBI ਨੂੰ ਕੇਸ ਦਿੱਤਾ, ਹੁਣ ਆ ਕੇ ਕੇਸ ਕੀਤਾ, 30 ਸਾਲ ਲੱਗ ਗਏ। ਔਰ ਦੇਖ ਲਓ ਇਹ ਸਾਡੀ ਜੁਡੀਸ਼ਰੀ ਹੈ, ਅਦਾਲਤਾਂ, ਇਹਦੇ ਵਿੱਚ ਹੈ, ਅਸੀਂ ਕੀ ਸੁਰੱਖਿਆ ਲਵਾਂਗੇ? ਇਹ ਸਿਰਫ ਪੰਜਾਬ ਵਿੱਚ ਨਹੀਂ, ਸਾਰੇ ਸੂਬਿਆਂ ਵਿੱਚ ਹੈ, ਸਾਡੀ ਜੁਡੀਸ਼ਰੀ ਇਹੀ ਕੰਮ ਕਰਦੀ ਹੈ। ਬਹੁਤ ਵੱਡੇ ਲੇਖਕ ਨੇ ਮਿਰਜ਼ਾ ਗਾਲਿਬ, ਕੌਣ ਨਹੀਂ ਜਾਣਦਾ, ਉਹ ਕਹਿੰਦੇ ਨੇ ਸਵੇਰੇ ਸ਼ਾਮ ਸ਼ਾਮ ਸਵੇਰੇ ਮੇਰੇ ਸਾਹਮਣੇ ਤਮਾਸ਼ਾ ਹੋ ਰਿਹਾ, ਮੈਂ ਤਮਾਸ਼ਾ ਦੇਖ ਰਿਹਾ, ਹੱਸ ਰਿਹਾ, ਚਲੋ ਅੱਗੇ ਚੱਲਦੇ ਹਾਂ ਆਪਾਂ। ਜ਼ਰੂਰ, ਸਹੀ ਗੱਲ। ਅਗਲੀ ਗੱਲ ਇਹ ਆ ਕਿ ਆਪ ਦੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਅਜੇ ਗੁਪਤਾ ਜੀ, ਉਹਨਾਂ ਨੇ ਮਾਨ ਸਰਕਾਰ ਵਿਰੋਧੀ ਕੋਈ ਬਿਆਨ ਦਿੱਤਾ ਜੋ ਸੋਸ਼ਲ ਮੀਡੀਆ ਦੇ ਉੱਤੇ ਬੜਾ ਵਾਇਰਲ ਹੋ ਰਿਹਾ, ਇਹ ਕਿਹੜਾ ਬਿਆਨ ਦਿੱਤਾ ਉਹਨਾਂ ਨੇ? ਸੈਂਟਰਲ ਅੰਮ੍ਰਿਤਸਰ ਤੋਂ ਨੇ ਅਜੇ ਗੁਪਤਾ ਜੀ, ਔਰ ਉਹਨਾਂ ਦਾ ਜਿਹੜਾ ਬਿਆਨ ਆ ਨਾ, ਇਸ ਵੇਲੇ ਐਸਾ ਚੱਲਿਆ ਬਹੁਤ ਆਪਣੀ ਪਾਰਟੀ ਦੇ ਖਿਲਾਫ, ਆਪਣੀ ਪਾਰਟੀ ਦੇ ਹੀ, ਔਰ ਉਹ ਇਸ ਤਰ੍ਹਾਂ ਦਾ ਬਿਆਨ ਸੀਗਾ, ਉਹਨਾਂ ਨੇ ਕਹਿਤਾ ਸੀਗਾ ਨਸ਼ਾ ਦੇ ਬਾਰੇ ਇਹਨਾਂ ਨੇ ਪਹਿਲਾਂ ਕਿਹਾ ਸੀਗਾ, ਅਤੇ ਨਸ਼ਾ ਵਧਿਆ ਨਹੀਂ, 23% ਘਟਿਆ ਨਹੀਂ, ਵੱਧ ਗਿਆ 23%, ਜਿੱਥੇ ਚਿੱਟਾ ਜਿਹੜਾ ਹਰ ਪਿੰਡ 'ਚੋਂ ਮਿਲਦਾ, ਜਿਹੜਾ ਸਮਾਇਕ ਆ ਹਰ ਜਗ੍ਹਾ ਤੋਂ ਮਿਲਦੀ ਆ, ਬਾਹਰਲੇ ਬਾਰਡਰਾਂ ਨੂੰ ਸੀਲ ਨਹੀਂ ਕਰ ਸਕੇ, BSF ਇਹਨਾਂ ਨੇ 50 ਕਿਲੋਮੀਟਰ ਅੰਦਰ ਲੈਂਦੀ ਆ, ਉਹਨੇ ਨੇ ਕੁਛ ਕੀਤਾ, ਪੰਜਾਬ ਪੁਲਿਸ ਨੇ ਕੁਛ ਨਹੀਂ ਕੀਤਾ। ਦੂਜਾ ਇਹਨਾਂ ਨੇ ਕਹਿਤਾ ਕਿ ਜਿਹੜੀ ਰਿਸ਼ਵਤਖੋਰੀ ਆ ਉਹਦੀ ਇਹਨਾਂ ਨੇ ਹੈਲਪਲਾਈਨ ਦਿੱਤੀ ਸੀਗੀ, ਔਰ ਉਹਦੇ ਵਿੱਚ ਰਿਸ਼ਵਤ ਆਉਂਦਾ, ਚਿੱਟੇ ਦਿਨ ਕੋਰਟ 'ਚ ਚਲ ਜਾਓ, ਸਕੂਲਾਂ ਕਾਲਜਾਂ 'ਚ ਚਲ ਜਾਓ, ਤੁਸੀਂ ਕਿਸੇ ਮਹਿਕਮੇ 'ਚ ਚਲ ਜਾਓ, ਪੁਲਿਸ ਦੇ ਮਹਿਕਮੇ 'ਚ ਚਲ ਜਾਓ, ਕੰਮ ਕਰਵਾਉਣ ਲਈ ਸ਼ਰੇਆਮ ਪੈਸੇ ਮੰਗਦੇ ਆ। ਉਹ ਕਹਿੰਦੇ ਇਹ ਕਿੱਧਰ ਦੀ ਮਾਨ ਸਰਕਾਰ ਹੋਈ, ਕੀ ਕੀਤਾ ਇਹਨਾਂ ਨੇ? ਜਿਹਦੇ ਵਿੱਚ ਬਿਜਲੀ ਤਾਂ ਮੁਫਤ ਦੇ ਦਿੱਤੀ ਆ, ਚਲੋ ਬਿਜਲੀ ਦੁਆਲੇ ਵੀ ਆਉਂਦਾ ਪੈਸੇ ਪਹਿਲਾਂ ਖਾ ਜਾਂਦੇ ਸੀਗੇ, ਮੀਟਰ ਬਦਲਣ ਲੱਗੇ, ਟਰਾਂਸਫਾਰਮ ਬਦਲਣ ਲੱਗੇ, ਬੜੇ ਰਿਸ਼ਵਤ ਲੈਂਦੇ ਸੀਗੇ, ਚਲੋ ਆਉਂਦਾ ਉਹ ਤਾਂ ਬਚਿਆ। ਫਿਰ ਕਹਿੰਦੇ ਨਹਿਰੀ ਪਾਣੀ ਜਿਹੜਾ ਇਹਨਾਂ ਨੇ ਕੀਤਾ ਸੀਗਾ, ਨਹਿਰੀ ਪਾਣੀ ਦੇ ਵਿੱਚ ਜਿਹੜੇ ਰਿਪੋਰਟਾਂ ਆ ਰਹੀਆਂ ਸੀਗੀਆਂ ਸਾਰੇ ਪਟਵਾਰੀਆਂ ਦੀਆਂ, ਨਹਿਰੀ ਪਟਵਾਰੀ ਜਿਹੜੇ ਸੀਗੇ, ਤਹਿਸੀਲਦਾਰ ਸੀਗੇ, ਉਹਨਾਂ ਜਦੋਂ ਰਿਪੋਰਟਾਂ ਦਿੱਤੀਆਂ ਕਹਿੰਦੇ ਨਹੀਂ ਇਹ ਕਹੋ 100% ਨਹਿਰੀ ਪਾਣੀ ਆ ਰਿਹਾ, ਉਹ ਜਿਹੜੀ ਗਰਦਾਰੀ ਹੋਈ ਆ ਜਾਂ ਰਿਪੋਰਟ ਹੋਈ ਆ ਸਾਰਾ ਕੁਛ ਕਹਿਤਾ, ਤਾਂ ਜਿਹੜੀ ਮਾਨ ਸਰਕਾਰ ਇਹਨਾਂ ਨੇ ਕਹਿਤਾ ਕਿ ਇਸ ਵੇਲੇ 100% ਖੇਤਾਂ ਨੂੰ ਪਾਣੀ ਨਹਿਰੀ ਜਾ ਰਿਹਾ, ਇੰਜਣ ਭਾਵੇਂ ਬੰਦ ਕਰ ਦਿਓ ਪਰ ਬਿਜਲੀ ਵੀ ਅਸੀਂ ਪੂਰੀ ਦੀ ਪੂਰੀ ਦਿੱਤੀ ਹੈ, ਜੋ ਮਰਜ਼ੀ ਚਲਾਓ, ਨਹਿਰੀ ਪਾਣੀ ਵਰਤੋ, ਸੂਏ ਦਾ ਪਾਣੀ, ਖਾਲਾਂ ਦਾ ਪਾਣੀ ਵਰਤੋ, ਠਾਠਾ ਮਾਰ ਦਾ ਪਾਣੀ ਆ ਚਾਰੇ ਪਾਸੇ, ਜਿਹੜੀਆਂ ਮਰਜ਼ੀ ਫਸਲਾਂ ਬੀਜੋ। ਉਹਦਾ ਹੋਇਆ 0 ਆ, ਜਿੱਥੇ ਕਲੀਨਿਕ ਬਣੇ ਜਾਂਦਾ ਕਲੀਨਿਕਾਂ 'ਚ ਵੀ ਕੁਛ ਨਹੀਂ ਗਾ, ਉੱਥੇ ਤੁਸੀਂ ਜਾ ਕੇ ਵੇਖੋ ਤਾਲੇ ਲੱਗੇ ਆ, ਨਾ ਡਾਕਟਰ ਆ, ਨਾ ਨਰਸਾਂ, ਨਾ ਦਵਾਈ ਆ, ਨਾ ਕੋਈ ਉੱਥੇ ਸਹੂਲਤ ਆ, ਨਾ ਵੈਂਟੀਲੇਟਰ ਆ। ਜੋ ਕੁਛ ਬੋਲਿਆ ਉਹ ਠੀਕ ਹੈ, ਲੋਕਾਂ ਨੂੰ ਚੰਗਾ ਪ੍ਰਤੀਕਿਰਿਆ ਹੁੰਗਾਰਾ ਦਿੱਤਾ,
ਔਰ ਜਿਹਦੇ ਵਿੱਚ ਇਹੀ ਇਕੱਲੇ ਨਹੀਂ ਗਏ, ਇੱਕ ਡਾਕਟਰ ਨਿੱਜਰ ਸੀਗੇ ਉੱਥੇ ਮੰਤਰੀ, ਉਹ ਵੀ ਇਸ ਤਰ੍ਹਾਂ ਇਸ ਤਰ੍ਹਾਂ ਬੋਲਦੇ ਨੇ ਅੰਮ੍ਰਿਤਸਰ ਤੋਂ, ਔਰ ਉੱਥੋਂ ਵਿਜੇ ਕੁੰਵਰ ਜਿਹੜੇ IPS ਆਫਿਸਰ ਨੇ ਉਹ ਵੀ ਇਸੇ ਤਰ੍ਹਾਂ ਬੋਲ ਦਿੰਦੇ ਆ। ਔਰ ਬਾਕੀ ਲੋਕ ਜਿਹੜੇ ਨੇ, ਕੁਛ ਲੋਕਾਂ ਦਾ ਇਹ ਬਿਆਨ ਹੈਗਾ ਕਿ ਜਦੋਂ ਕਿਸੇ ਨੂੰ ਉਪਾਧੀ ਪਦਵੀ ਨਹੀਂ ਮਿਲਦੀ, ਕਹਿੰਦੇ ਇਹੀ ਮੰਤਰੀ ਬਣੇ ਹੁੰਦੇ ਤਾਂ ਇਹਨਾਂ ਨੇ ਸੁੰਨੀ ਮਾਰ ਜਾਣੀ ਸੀ, ਇਹਨਾਂ ਚੁੱਪ ਹੋ ਜਾਣਾ ਸੀਗਾ, ਜਦੋਂ ਇਹਨਾਂ ਨੂੰ ਮਿਲਿਆ ਕੁਝ ਨਹੀਂ ਗਾ ਅਤੇ ਹੁਣ ਉਲਟ ਬੋਲਣ ਲੱਗ ਪਏ। ਇਹ ਵੀ ਹੈਗਾ ਤੱਕੜੀ ਦਾ ਛਾਬਾ, ਜੇ ਬੈਲੈਂਸ ਆ ਉਹਨੂੰ ਉਹਦੇ ਵਿੱਚ ਕੁਛ ਪਾਓਗੇ ਤਾਂ ਬੈਲੈਂਸ ਹੋ ਗਿਆ, ਜੇ ਨਹੀਂ ਹੈਗਾ ਤਾਂ ਥੱਲੇ ਆ ਗਿਆ, ਤਾਂ ਜਿਹੜਾ ਥੱਲੇ ਵਾਲਾ ਵਾ ਉਹ ਤਾਂ ਨਹੀਂ ਬੋਲੂਗਾ, ਜਿਹੜਾ ਉੱਤੇ ਆ ਉਹਦੇ 'ਚ ਕੱਖ ਨਹੀਂ ਗਾ, ਪਾਸ ਸਕੂਲ ਜਿਹ 'ਚ ਪਾਇਆ ਉਹ 'ਚ ਖਾਲੀ ਆ ਉਹ ਬੋਲਦਾ। ਹੁਣ ਇਹ ਗੱਲ ਹੈਗੀ ਤੱਕੜੀ ਆ, ਤੱਕੜੀ ਦਾ ਜਿਹੜਾ ਪਾਸ ਥੱਲੇ ਹੈਗਾ ਦੋ ਤੁਸੀਂ ਇੱਥੋਂ ਚੁੱਕੋਗੇ ਤੱਕੜੀ, ਜੇ ਬਰਾਬਰ ਆ ਤਾਂ ਬੈਲੈਂਸ ਹੈਗਾ, ਜੇ ਨਹੀਂ ਜਿਹਦਾ ਛਾਬਾ ਘਾਟਾ ਉੱਪਰ ਨੂੰ ਚਲੇ ਗਿਆ, ਹੁਣ ਉਹ ਛਾਬਾ ਹੈਗਾ। ਇਸ ਕਰਕੇ ਬੋਲਦੇ ਹੈਗੇ, ਇਹ ਕੁਝ ਸਿਆਸਤਦਾਨਾਂ ਦਾ ਅਤੇ ਪੰਡਤਾਂ ਦਾ ਖਿਆਲ ਹੈਗਾ ਕਿ ਉਹ ਤਦ ਕਰਕੇ ਬੋਲਦੇ, ਇਹਨਾਂ ਨੂੰ ਦੇ ਦਿਓ ਮੰਤਰੀਸ਼ਿਪ, ਇਹਨਾਂ ਨੂੰ ਬਣਾ ਦਿਓ ਕੋਈ ਮਹਿਕਮੇ ਦਾ ਹੈੱਡ, ਅਤੇ ਚੁੱਪ ਹੀ ਹੋ ਜਾਣਗੇ, ਭਾਵੇਂ ਉਹ ਲੋਕ ਰੋਣ ਵੀ ਇਹਨਾਂ ਦੇ ਮਹਿਕਮੇ 'ਚ ਕੁਛ ਨਹੀਂ ਕਹਿੰਦੇ, ਇਹਨਾਂ ਨੇ ਕਹਿਣਾ ਬੱਲੇ ਬੱਲੇ ਹੋ ਰਹੀ ਹੈ, ਲਓ ਜੀ ਫੰਡ ਆ ਰਿਹਾ ਜੀ, ਪੈਸੇ ਆ ਰਹੇ ਜੀ, ਉਹ ਕਹਿੰਦੇ ਹੈਲਥ ਮਿਨਿਸਟਰ ਬਣਾਉਂਦੇ ਇਹਨਾਂ ਨੇ, ਤਾਂ ਕਹਿੰਦਾ ਕਲੀਨਿਕ ਕੈਸੇ ਚੱਲ ਰਹੇ ਆ, ਕਲੀਨਿਕਾਂ ਦੇ ਵਿੱਚ ਇੰਨੀ ਰੌਣਕ ਹੈਗੀ ਆ, ਕਿੰਨੀਆਂ ਸਹੂਲਤਾਂ ਹੈਗੀਆਂ, ਹੁਣ ਕਲੀਨਿਕ ਉਹਨੂੰ ਸੁਣਨੇ ਲੱਗ ਰਹੇ ਆ ਜਿਹੜੇ ਮਹੱਲਾ ਕਲੀਨਿਕ। ਇਹ ਗੱਲ ਵੈਸੇ ਆਊਟ ਆਫ ਦਾ ਕੰਟੈਕਸਟ ਗੱਲ ਕਰ ਰਹੇ ਹਾਂ, ਇੱਕ ਤਾਂ ਅੰਗਰੇਜ਼ੀ 'ਚ ਕਹਾਵਤ ਹੈ ਜੀ, ਵੈਨ ਮਨੀ ਸਪੀਕਸ ਟਰੁੱਥ ਕੀਪਸ ਸਾਇਲੈਂਟ। ਬਿਲਕੁਲ, ਜਦ ਪੈਸਾ ਬੋਲਦਾ ਸੱਚਾਈ ਦੀ ਬੋਲਤੀ ਬੰਦ ਹੋ ਜਾਂਦੀ। ਸਹੀ ਗੱਲ, ਇਹ ਅੱਜ ਕੱਲ੍ਹ ਦੀ ਪ੍ਰੈਕਟੀਕਲ ਗਰਾਊਂਡ ਰਿਐਲਿਟੀ ਆ। ਸੋ ਦੇਖੋ ਹੁਣ ਅੱਗੇ ਕੀ ਹੁੰਦਾ, ਆਪਣੀ ਪਾਰਟੀ ਦੇ ਲਈ ਇਹਨਾਂ ਨੂੰ ਇਸ ਤਰ੍ਹਾਂ ਨਹੀਂ ਬੋਲਣਾ ਚਾਹੀਦਾ, ਕਿਉਂਕਿ ਪਾਰਟੀ ਇਹਨਾਂ ਦੀ ਆਪਣੀ ਆ, ਕਿਉਂਕਿ ਤੁਹਾਨੂੰ ਜਦੋਂ ਆਉਂਦੇ ਨੇ ਕਿ ਤੁਸੀਂ ਉਸ ਕੋਠੇ 'ਤੇ ਚੜ੍ਹ ਕੇ ਗੱਲ ਕਰ ਰਹੇ ਜੇ, ਜਿਹੜਾ ਤੁਹਾਡਾ ਆਪਣਾ ਲਿਪਿਆ ਨਹੀਂ ਗਾ ਉਹਨੂੰ ਤੁਸੀਂ ਲਿਪਣਾ ਗਾ, ਤੁਸੀਂ ਉਹਨੂੰ ਚੋ ਜਿਹੜਾ ਉੱਥੇ ਚੋਹਾ ਆ ਰਿਹਾ ਜਾਂ ਬਾਰਿਸ਼ ਹੁੰਦੀ ਹੈ ਤੁਸੀਂ ਬਚਾਉਣਾ, ਤੁਹਾਡੀ ਹੈਗੀ ਹੈ। ਜੇ ਤੁਸੀਂ ਉਹ 'ਚ ਅੱਡੀਆਂ ਮਾਰ ਮਾਰ ਕੇ ਉਹ 'ਚ ਮਗੋਰੇ ਕਰ ਦੋਗੇ ਤਾਂ ਪਾਣੀ ਤਾਂ ਆਉਣਾ ਹੀ ਆ। ਇਹ ਹੈਗਾ ਕਿ ਜਿਹੜੀ ਥਾਲੀ 'ਚ ਖਾ ਰਹੇ ਉਹ 'ਚ ਛੇਕ ਨਾ ਕਰੋ, ਇਹ ਵੀ ਮੁਹਾਵਰਾ ਹੈਗਾ, ਇਹ ਤੁਹਾਡੀ ਥਾਲੀ ਹੈਗੀ ਆ। ਹੁਣ ਦੂਜੀ ਥਾਲੀ 'ਚ ਤੁਹਾਨੂੰ ਲੱਡੂ ਵੱਡੇ ਲੱਗਣ ਲੱਗ ਪਏ ਤਾਂ ਆਪਣੇ ਨਿੱਕੇ ਲੱਗਣ ਲੱਗ ਪਏ, ਇਹ ਵੀ ਗੱਲ ਗਲਤ ਹੈਗੀ ਆ। ਅੱਖਾਂ ਉਹੀ ਨੇ, ਉਹੀ ਪਾਰਟੀ ਆ, ਉਹੀ ਕਿਰਦਾਰ ਆ, ਉਹੀ ਲੋਕ ਨੇ, ਉਹੀ ਵਿਧਾਨ ਸਭਾ ਹੈ, ਉਹੀ ਸਾਰਾ ਕੁਛ ਹੈ, ਤਾਂ ਉਹੀ ਭਗਵੰਤ ਮਾਨ ਸਰਕਾਰ ਹੈ। ਵੈਸੇ ਇੱਕ ਗੱਲ ਦੇਖਣ ਵਾਲੀ ਹੈ ਬਲਕਾਰ ਜੀ, ਜੀ ਤੁਹਾਡੀ ਡਿਸਕਸ਼ਨ ਦੇ ਵਿੱਚ ਨਾ ਜਦੋਂ ਤੁਸੀਂ ਸਮਝਾਉਣਾ ਸ਼ੁਰੂ ਕਰਦੇ ਹੋ ਕਿਤੇ ਨਾ ਕਿਤੇ ਲੱਡੂ ਜਲੇਬੀਆਂ ਜ਼ਰੂਰ ਆਉਂਦੀਆਂ ਨੇ, ਇਹ ਤੁਹਾਨੂੰ ਵਿਸ਼ੇਸ਼ ਸ਼ੌਕ ਹੈ। ਇਹ ਖੁਸ਼ੀ ਦੇ ਮੁਹਾਵਰੇ ਆ, ਜਦੋਂ ਲੱਡੂ ਬਣਦੇ ਖੁਸ਼ੀ ਆ, ਜਦੋਂ ਗੁੜ ਬਣਦੇ ਸੀ ਪਹਿਲਾਂ ਉਦੋਂ ਵੀ ਖੁਸ਼ੀ ਦੇ, ਮੂੰਹ ਮਿੱਠਾ ਕਰਾਉਣ ਦਾ ਮਤਲਬ ਇਹੀ ਹੈ। ਉਹਦੇ ਨਾਲ ਮੂੰਹ ਮਿੱਠਾ ਇਹ ਨਹੀਂ ਹੈਗਾ ਕਿ ਤੁਹਾਡਾ ਜਨਮਦਿਨ ਹੈਗਾ, ਪਹਿਲਾਂ ਪਿੰਡਾਂ 'ਚ ਜਨਮਦਿਨ ਨਹੀਂ ਸੀ ਮਨਾਉਂਦੇ, ਲੋਹੜੀ ਦਿਵਾਲੀ ਵਿਸਾਖੀ ਹੋਲੀ ਇੱਦਾਂ ਦੇ ਦਿਹਾੜੇ ਮਨਾਉਂਦੇ ਸੀਗੇ, ਜਨਮਦਿਨ ਘੱਟ ਸੀਗੇ, ਸਵਾ ਮਹੀਨਾ ਕਰਦੇ ਸੀ ਬੱਚੇ ਦਾ, ਉਦੋਂ ਬਾਅਦ ਜਨਮਦਿਨ ਨਹੀਂ ਸੀ ਆਉਂਦੇ। ਜਨਮਦਿਨ ਮਨਾਉਣਾ ਤਾਂ ਜਿਹੜਾ ਹੈਗਾ ਤੁਹਾਡੀ ਉਮਰ ਘੱਟ ਰਹੀ ਆ, ਵੱਧ ਨਹੀਂ ਰਹੀ, ਵੱਧ ਨਹੀਂ ਰਹੀ। ਹੁਣ ਅਸੀਂ ਅੰਗਰੇਜ਼ਾਂ ਦੇ ਕਨਸੈਪਟ 'ਤੇ ਚੱਲ ਪੈਂਦੇ ਹਾਂ, ਹੁਣ ਅੱਗੇ ਅੱਗੇ ਅਸੀਂ ਆਉਂਦੇ ਸ਼ਾਹ ਵੇਲਾ, ਤਾਂ ਹੁਣ ਅਸੀਂ ਬ੍ਰੇਕਫਾਸਟ ਆਉਂਦੇ, ਬ੍ਰੇਕਫਾਸਟ ਕਰਨਾ ਯਾਰ ਬੱਚਿਆਂ ਨੂੰ ਬ੍ਰੇਕਫਾਸਟ ਕਰਾਓ, ਬ੍ਰੇਕਫਾਸਟ ਦਾ ਕਿਧਰੋਂ ਆ ਗਿਆ, ਲੋਡਾ ਵੇਲਾ, ਸ਼ਾਹ ਵੇਲਾ ਅਤੇ ਕਾਲਾ ਵੇਲਾ ਤਾਂ ਗਿਆ ਹੈ ਨਾ। ਹੁਣ ਬੂਹੇ ਢੋਲੋ ਅਤੇ ਮਾਝੇ 'ਚ ਬੂਹ ਆਉਂਦੇ ਆ, ਇੱਧਰ ਦਾਰ ਆਉਂਦੇ ਆ, ਹੈ ਨਾ, ਬੋਕਰ ਬਾਰ, ਇਹ ਸਾਰਾ ਕੁਛ ਸ਼ਬਦਾਵਲੀ ਵੀ ਉੱਦਾਂ ਦੀ ਹੈਗੀ ਹੈ। ਇਸ ਕਰਕੇ ਸ਼ਬਦਾਵਲੀ ਗਏ ਭੁੱਲ, ਉਹਨਾਂ ਸ਼ਬਦਾਂ ਨੂੰ ਅਸੀਂ ਦੇਤਾ ਅੰਗਰੇਜ਼ੀ ਦਾ ਰੂਪ, ਰਿਸ਼ਤੇਦਾਰੀ 'ਚ ਆ ਗਿਆ ਸਾਰਾ ਹੀ, ਸਭ ਕੁਝ ਬਦਲਾਅ ਆ ਗਿਆ, ਆ ਗਿਆ ਬਿਲਕੁਲ। ਸੋ ਹੁਣ ਬਦਲਾਅ ਦੀ ਗੱਲ ਕੀਤੀ ਹੈ, ਇੱਥੇ ਵੀ ਬਦਲਾਅ ਦੀ ਗੱਲ ਆਪਾਂ ਕਰਨ ਲੱਗੇ ਹਾਂ। ਹਾਂਜੀ, ਕਹਿੰਦੇ ਨੇ ਪੰਜਾਬ ਸਰਕਾਰ ਦੀ ਲੋਕ ਸਭਾ ਚੋਣਾਂ ਵਿੱਚ ਮਾੜੀ ਸਥਿਤੀ ਕਰਕੇ ਹੁਣ ਮੰਤਰੀ ਮੰਡਲ ਵਿੱਚ ਬਦਲਾਅ ਕੀਤਾ ਜਾਵੇ, ਰੱਦੋ ਬਦਲ ਕੀਤੀ ਜਾਵੇ, ਇਹ ਤਜਵੀਜ਼ ਆਈ ਹੈ। ਹਾਂ, ਇਹ ਗੱਲ ਤੁਹਾਡੀ ਬਲੀ ਬੜੀ ਅੱਛੀ ਆ, ਨੁਕਤੇ ਦੀ ਗੱਲ ਹੈ, ਪਰ ਇਹਨਾਂ ਨੇ ਇਹ ਵੀ ਕੀਤਾ ਕਿ ਆਪਣਾ ਮੰਥਨ ਵੀ ਕਰ ਰਹੇ ਆ, ਉਹਨਾਂ ਨੇ ਵੀ ਇੱਕ ਸ਼ਬਦ ਦਿੱਤਾ ਮੰਤਰੀ ਮੰਡਲ ਦਾ ਮੰਥਨ ਹੈ, ਉਹਦੇ ਵਿੱਚ ਸੋਚਾਂਗੇ ਕਿ ਅਸੀਂ ਹਰੇ ਕਿਉਂ। ਦੂਜਾ ਬਦਲਾਅ ਵੀ ਆ ਗਿਆ, ਮਹਿਕਮੇ ਵੀ ਬਦਲੇ ਜਾਣਗੇ, ਜਿਹੜੇ ਜਿਹੜੇ ਇਲਾਕੇ 'ਚੋਂ ਇਹਨਾਂ ਨੂੰ ਵੋਟਾਂ ਘੱਟ ਪਈਆਂ, ਵੋਟਾਂ 'ਤੇ ਇਹਨਾਂ ਨੂੰ ਝੁੰਗੇ 'ਚ 3 ਪਈਆਂ, ਮਤਲਬ 3 ਸੀਟਾਂ ਪਈਆਂ ਮਿਲੀਆਂ ਇਹਨਾਂ ਨੂੰ, ਜਦੋਂ ਇਹਨੇ ਕਿਹਾ ਸੀ 0-13, ਔਰ ਐਡਾ ਵੱਡਾ ਇਹਨਾਂ ਨੇ ਜਿਹੜਾ ਉਮੀਦ ਰੱਖੀ ਸੀ, ਔਰ ਜਦੋਂ ਉਹਨਾਂ ਉਮੀਦਾਂ 'ਤੇ ਪਾਣੀ ਫਿਰ ਜੇ, ਜਦੋਂ ਉਮੀਦਾਂ 'ਤੇ ਤੁਹਾਨੂੰ ਆਟੇ 'ਚ ਲੂਣ ਜਿੰਨਾ ਵੀ ਨਾ ਮਿਲੇ,
ਹੈ ਨਾ, ਆਟੇ ਦਾ ਲੂਣ ਹੁੰਦਾ ਵੀ ਉਹ ਨਮਕ ਥੋੜ੍ਹਾ ਜਿਹਾ ਲੂਣ, ਹਾਂ ਜਿਹੜਾ ਆਟੇ 'ਚ ਲੂਣ ਹੈਗਾ ਉਹ ਤੁਹਾਨੂੰ ਚੁਭੂਗਾ, ਲੂਣ ਚੁਭੂਗਾ ਆਟਾ ਦਾ ਪਤਾ ਨਹੀਂ ਲੱਗੂਗਾ। ਇਸੇ ਕਰਕੇ ਇਹਨਾਂ ਨੇ ਦੁਬਾਰਾ ਇਹ ਕਹਿਤਾ ਕਿ ਜਿਹੜੇ ਉਹ 'ਚ ਪੋਰਟਫੋਲੀਓ ਬਦਲੇ ਜਾਣਗੇ, ਜਿਹੜੇ ਇਲਾਕੇ ਬਦਲੇ ਜਾਣਗੇ ਔਰ ਉਹਦੇ ਵਿੱਚ ਨਵੇਂ ਮੰਤਰੀ ਆਉਣਗੇ, ਇਹਦੇ ਵਿੱਚ ਰੱਦੋ ਬਦਲ ਦੀ ਇਹਨਾਂ ਨੇ ਕਿਹਾ। ਹੁਣ ਦੇਖੋ ਹੁੰਦਾ ਕੀ ਆ, ਮੰਤਰੀ ਮੰਨਦੇ ਕਿ ਨਹੀਂ ਮੰਨਦੇ, ਜਦੋਂ ਇਹਨਾਂ ਦੇ ਮੰਤਰੀਆਂ ਦੇ ਪੋਰਟਫੋਲੀਓ ਖੋਏ ਗਏ ਫਿਰ ਰੌਲਾ ਪਾਓ, ਜਿੱਦਾਂ ਹੁਣ ਵਿਜੇ ਗੁਪਤਾ ਜੀ ਨੇ ਪਾਇਆ। ਜਦੋਂ ਮੰਤਰੀ ਚਾਹੁੰਦੇ ਕਿ ਸਾਡੇ ਕੋਲ ਇਹੀ ਰਹੇ, ਅਸੀਂ 4-5 ਸਾਲ ਇਹਨੂੰ ਨਿਭਾਈਏ, ਅਸੀਂ ਕਰ ਰਹੇ ਹਾਂ, ਮੰਤਰੀਆਂ ਨੇ ਕਹਿਣਾ ਸਾਡੀ ਸ਼ਿਕਾਇਤ ਦੱਸੋ ਅਸੀਂ ਕੀ ਕੀਤਾ, ਸਾਨੂੰ ਫੰਡ ਦਿਓ, ਪੈਸਾ ਦਿਓ, ਅਸੀਂ ਉੱਥੇ ਦੇ ਦਿੰਦੇ ਹਾਂ। ਜਿੱਦਾਂ ਬੀਬੀਆਂ ਨੂੰ 1100 ਰੁਪਈਏ ਇਹਨਾਂ ਨੇ ਕਹਿਤਾ ਅਸੀਂ ਸ਼ਗਨ ਦੇਵਾਂਗੇ ਵੋਟਾਂ ਤੋਂ ਬਾਅਦ, ਅਜੇ ਵੀ ਅਜੇ ਉਸੇ ਹੀ ਠੰਡੇ ਬੱਸੇ 'ਚ ਪਿਆ, ਬੀਬੀਆਂ ਡਿੱਕਣ ਡੀਆਂ ਕਿ 1100 ਮਿਲੇ ਤਾਂ ਅਸੀਂ ਸੂਟ ਬਣਾਈਏ, 1100 ਮਿਲੇ ਤਾਂ ਅਸੀਂ ਬਾਹਰ ਜਾਈਏ, ਹੈ ਨਾ, ਪੇਕਿਆਂ ਦੇ ਹੋ ਕੇ ਆਈਏ, ਸਹੁਰਿਆਂ ਦੇ ਜਿਹੜੇ ਉੱਥੇ ਵਿਆਹ ਹੋ ਰਹੇ ਆ ਉਹਨਾਂ ਨੂੰ ਜਾਈਏ, ਕੁਛ 1100 ਕੋਲੋਂ ਪਾਈਏ, 2200 ਦਾ ਸੂਟ ਲਈਏ, ਉਹ ਅਜੇ ਤੱਕ ਡਿੱਕੀ ਜਾਂਦੀਆਂ। ਔਰ ਭਗਵੰਤ ਮਾਨ ਜੀ ਦੀ ਵਾਈਫ ਨੇ ਕਹਿਤਾ ਸੀਗਾ ਕਿ ਅਸੀਂ ਤੁਹਾਨੂੰ ਦੇ ਰਹੇ ਹਾਂ, ਪੈਸਾ ਆ ਰਿਹਾ ਵਾ, ਉਹ ਸਿਰਫ ਚੋਣਾਂ ਦੇ ਵਿੱਚ ਕਿਹਾ, ਉਦੋਂ ਸਰਗਰਮ ਸੀ, ਹੁਣ ਫਿਰ ਠੰਡੇ ਬੱਸੇ 'ਚ। ਇਹ ਗੱਲਾਂ ਜਿਹੜੀਆਂ ਹੈਗੀਆਂ ਲੋਕਾਂ ਨੂੰ ਨਹੀਂ ਪਚਦੀ ਜੀ। ਚਲੋ ਹੁਣ ਆਪਾਂ ਇੱਕ ਗੱਲ ਆਖਰੀ ਕਰਕੇ ਜ਼ਰੂਰ ਸਮਾਪਨ ਕਰਦੇ ਹਾਂ। ਹਾਂਜੀ, ਕੈਨੇਡਾ ਵਿੱਚ ਕੰਮ ਨਾ ਮਿਲਣ ਕਾਰਨ ਅੰਤਰਰਾਸ਼ਟਰੀ ਵਿਦਿਆਰਥੀਆਂ ਵਿੱਚ ਪਰੇਸ਼ਾਨੀ ਹੈ ਅਤੇ ਉਹਨਾਂ ਦੀਆਂ ਮੁਸ਼ਕਲਾਂ 'ਚ ਵਾਧਾ ਹੋਇਆ। ਕਹਿੰਦੇ ਨੇ ਕਿ ਹੁਣ ਕੈਨੇਡਾ ਦੀ ਧਰਤੀ ਤੋਂ ਵਿਦਿਆਰਥੀਆਂ ਦਾ ਮੋਹ ਭੰਗ ਹੋ ਗਿਆ, ਜਿੱਦਾਂ ਪਹਿਲਾਂ ਜਾ ਰਹੇ ਸੀਗੇ ਨਾ। ਇਹ ਸਿਰਫ ਪੰਜਾਬ ਦੀ ਗੱਲ ਨਹੀਂ, ਹਿੰਦੁਸਤਾਨ ਦੀ ਗੱਲ, ਇਹ ਅੰਤਰਰਾਸ਼ਟਰੀ ਵਿਸ਼ਾ ਹੈਗਾ ਜਿਹਦੇ ਵਿੱਚ ਚਾਈਨਾ ਦੇ ਲੋਕ ਵੀ ਨੇ ਉੱਥੇ ਔਰ ਉਹਦੇ ਤੋਂ ਬਾਹਰਲੇ ਸਾਰੇ ਦੇਸ਼ਾਂ 'ਚ ਲੋਕ ਪੜ੍ਹਨ ਆਉਂਦੇ ਆ। ਕੈਨੇਡਾ ਇੱਕ ਬਹੁਤ ਖੂਬਸੂਰਤ ਔਰ ਬਹੁਤ ਵਿਸ਼ਾਲ ਦੇਸ਼ ਹੈ ਔਰ ਉਹਦੇ ਵਿੱਚ ਜਿਹੜਾ ਇਸ ਵੇਲੇ ਜਿੰਨੇ ਵੀ ਆ ਕੁਝ ਏਰੀਆ ਜਿੱਦਾਂ ਟੋਰਾਂਟੋ ਦਾ ਏਰੀਆ, ਆਟਵਾ ਦਾ ਏਰੀਆ, ਉੱਥੇ ਕੁਛ ਜਿਹੜੇ ਵੀ ਘਰ ਬਣਾਉਂਦੇ ਸੀ ਉਹਨਾਂ ਨੇ ਕਹਿਤਾ ਸੀ ਅੱਗੇ ਅਸੀਂ 100% ਘਰ ਬਣਾਉਂਦੇ ਸੀ, ਵਿਕ ਜਾਂਦੇ ਸੀ, ਹੁਣ ਅਸੀਂ 40 ਤੋਂ ਜਿਹੜੇ ਹੈਗੇ 35% ਤੱਕ ਬਣਾਉਂਦੇ, ਉਹ ਵੀ ਨਹੀਂ ਵਿਕਦੇ। ਇਸ ਕਰਕੇ ਨਹੀਂ ਵਿਕਦੇ ਕਿ ਬੱਚੇ ਨਹੀਂ ਲੈਂਦੇ ਉੱਥੇ, ਉਹ ਜਾਂ ਬੇਸਮੈਂਟ 'ਚ ਰਹਿੰਦੇ ਆ ਔਰ ਉਦੋਂ ਬਾਅਦ ਮਾਰਕੀਟਿੰਗ ਕਰਦੇ, ਉੱਥੇ ਪੈਸਾ ਚਾਹੀਦਾ, ਜੇ ਨਹੀਂ ਮਿਲਦਾ ਤਾਂ ਫਿਰ ਗੁਰਦੁਆਰਿਆਂ 'ਚ ਜਾਂਦੇ ਆ। ਗੁਰਦੁਆਰਾ ਸਾਹਿਬ ਦੇ ਵਿੱਚ ਵੀ ਉੱਥੇ ਕਹਿੰਦੇ ਕਿ ਅਸੀਂ ਤੁਹਾਨੂੰ 10 ਦਿਨ ਰੱਖਾਂਗੇ, ਉਸ ਤੋਂ ਬਾਅਦ ਤੁਸੀਂ ਕੱਪੜ ਵੀ ਅਸੀਂ ਦੇਵਾਂਗੇ, ਖਾਣ ਪੀਣ ਵੀ ਦੇਵਾਂਗੇ, ਪਰ ਤੁਸੀਂ ਜ਼ਿਆਦਾ ਦੇਰ ਨਹੀਂ ਰਹਿ ਸਕਦੇ ਕਿਉਂਕਿ ਹੋਰ ਬੱਚੇ ਵੀ ਆਉਣ ਵਾਲੇ ਆ। ਹੁਣ ਜਿੰਨੇ ਲਾਮ ਲਸ਼ਕਰ ਸੀ ਉਹ ਨਹੀਂ ਉੱਥੇ ਸਮਾ ਰਹੇ ਔਰ 700 ਮੁੰਡਾ ਜਿਹੜਾ ਸੀ ਜਿਹਨਾਂ ਨੂੰ ਡਿਪੋਰਟ ਕਰਨ ਲੱਗੇ ਸੀ, ਜੇ ਬਰਜੇਸ਼ ਮਿਸ਼ਰਾ ਸੀ ਜਿਹਨੇ ਡਾਕੂਮੈਂਟਸ ਦੇ ਕੇ, ਡਾਕੂਮੈਂਟਸ ਜ਼ਿਆਦਾ ਦੇ ਕੇ ਔਰ ਫੇਕ ਡਾਕੂਮੈਂਟਸ ਦੇ ਕੇ ਉਹਨਾਂ ਨੂੰ ਜਿਹੜਾ ਦੁਬਾਰਾ ਉੱਥੇ ਉਹਨਾਂ ਜਦੋਂ PR ਲੈਣ ਲੱਗੇ ਉਹਨਾਂ ਦੇ ਡਾਕੂਮੈਂਟਸ ਗਾਲੇ ਗਏ, ਪਤਾ ਲੱਗਾ ਕਿ ਫੇਕ ਆ ਔਰ ਉਹਨਾਂ ਨੂੰ ਡਿਪੋਰਟ ਕਰਨ ਲੱਗੇ ਸੀ। ਫਿਰ ਉਹਨਾਂ ਨੇ ਨਿਮੰਤਰਲਾ ਕੀਤਾ, ਫਿਰ ਉਹਦੇ 'ਚ ਪੜਚੋਲ ਹੋਈ, ਫਿਰ ਉਹਨਾਂ ਨੂੰ ਮੁੰਡੇ ਤਾਂ ਜੇ ਉੱਥੇ ਆ, ਉਹ ਹੈਗੀ ਆ ਦਿਆਨਤਦਾਰੀ ਉੱਥੋਂ ਦੀ ਇਮੀਗ੍ਰੇਸ਼ਨ ਡਿਪਾਰਟਮੈਂਟ ਦੀ ਕੈਨੇਡਾ ਦੀ। ਔਰ ਇਹ 700 ਮੁੰਡਾ ਦੇਖੋ ਮਾਂ ਪਿਓ ਨੇ ਜ਼ਮੀਨਾਂ ਵੇਚੀਆਂ, ਪਲਾਟ ਵੇਚੇ, ਪੈਸਾ ਸਾਰਾ ਲਾਤਾ, ਮੁੰਡੇ ਫਿਰ ਇੱਥੇ ਆ ਜਾਣਗੇ ਤਾਂ ਕਿੰਨੀ ਮਾੜੀ ਗੱਲ ਹੈ। ਜੇ ਪੰਜਾਬ 'ਚ ਆਉਂਦੇ ਤਾਂ ਪੰਜਾਬ 'ਚ ਕੀ ਹੈਗਾ, ਜੇ ਪੰਜਾਬ 'ਚ ਆ ਕੇ ਇੱਥੇ ਵਸਣਗੇ ਤਾਂ ਪੰਜਾਬ 'ਚ ਕੁਛ ਨਹੀਂ, ਫਿਰ ਨਸ਼ਿਆਂ ਦੀ ਰੌਲਾ, ਇੱਥੇ ਦਲ ਦਲ ਨਸ਼ਿਆਂ ਦੀ ਹੈ, ਇੱਥੇ ਚਾਰੇ ਪਾਸੇ ਲੜਾਈ ਆ, ਚਾਰੇ ਪਾਸਿਆਂ ਦੇ ਉਹ ਹੋ ਜਾਂਦਾ। ਜਦੋਂ ਕਿ ਕੰਗਣਾ ਰਾਉਤ ਨੇ ਕਹਿਤਾ ਕਿ ਪੰਜਾਬ ਵਸਣ ਵਾਲਾ ਨਹੀਂ, ਕਿ ਪੰਜਾਬ ਦੇ ਵਿੱਚ ਜਿਹੜਾ ਗੈਂਗਵਾਦ ਬਹੁਤ ਜ਼ਿਆਦਾ, ਔਰ ਜਦੋਂ ਕਿ ਇੱਥੇ ਕੁਛ ਨਹੀਂ, ਅਸੀਂ ਪੰਜਾਬ 'ਚ ਰਹਿੰਦੇ, ਆਪਾਂ ਨੂੰ ਪਤਾ ਹੈਗਾ ਪੰਜਾਬ 'ਚ ਕੀ ਰੌਲਾ ਕੀ ਗੱਲ ਹੈਗਾ। ਔਰ ਪੰਜਾਬ ਵਿੱਚ ਜੋ ਦਿਨ ਤਿਉਹਾਰ ਮਨਾਏ ਜਾਂਦੇ ਉਸੇ ਤਰ੍ਹਾਂ ਪੰਜਾਬ ਵੱਸਦਾ ਗੁਰਾਂ ਦੇ ਨਾਂ 'ਤੇ, ਔਰ ਉਸੇ ਤਰ੍ਹਾਂ ਦੀ ਗੱਲ ਹੈਗੀ ਆ। ਔਰ ਜੇ ਮੁੰਡੇ ਆਉਂਦੇ ਤਾਂ ਆਪਣੇ ਘਰ ਹੀ ਵਾਪਸ ਆਉਣੇ ਆ, ਵਾਪਸੀ ਬਹੁਤ ਹੋ ਰਹੀ ਹੈ, ਇਸ ਕਰਕੇ ਕੰਮ ਨਹੀਂ ਮਿਲਦਾ ਉੱਥੇ। ਇੰਗਲੈਂਡ 'ਚ ਇਹੀ ਹਾਲ ਆ, ਅਮੈਰੀਕਾ 'ਚ ਵੀ ਇਹੀ ਹਾਲ ਆ, ਔਰ ਕੈਨੇਡਾ 'ਚ ਖਾਸ ਕਰਕੇ ਹੋ ਗਿਆ ਕਿ ਮੁੰਡਿਆਂ ਨੂੰ ਕੰਮ ਨਹੀਂ ਮਿਲ ਰਿਹਾ ਇਮੀਗ੍ਰੇਸ਼ਨ ਦੇ ਤੌਰ 'ਤੇ, ਮੁੰਡੇ ਤਾਂ ਜਾਂਦੇ ਆ। ਫਿਰ ਅੱਗੇ ਇਹਨਾਂ ਨੇ ਵੀ ਸਿਕੰਜਾ ਲਾਤਾ ਇਮੀਗ੍ਰੇਸ਼ਨ ਨੇ, ਉਹਨਾਂ ਨੇ ਇਹ ਲਾਤਾ ਕਿ ਜਦੋਂ ਜਿਹੜਾ ਕਪਲ ਕੇਸ ਸੀ ਨਾ, ਉਹ ਨਹੀਂ ਸੀ ਜਾ ਰਹੇ, ਹੁਣ ਉਹਨਾਂ ਨੂੰ ਬੰਦ ਕਰਤਾ, ਹਾਇਰ ਸਟੱਡੀ ਲਈ ਜਾਣਗੇ, ਲੋਅਰ ਸਟੱਡੀ ਲਈ ਨਹੀਂ ਜਾਣਗੇ। ਉਹਦੇ ਵਿੱਚ ਬਾਕੀ ਜਿਹੜੇ ਹੈਗਾ ਵਰਕ ਪਰਮਿਟ ਜਿਹੜਾ ਮਿਲਦਾ ਉਹਨੂੰ ਐਕਸਟੈਂਡ ਨਹੀਂ ਕਰਨਗੇ, ਅੱਗੇ ਐਕਸਟੈਂਸ਼ਨ ਮਿਲ ਜਾਂਦੀ ਸੀ, ਉਹ ਲਿਮਿਟਡ ਹੈ, 2.5 ਸਾਲ 3 ਸਾਲ ਮਿਲਿਆ, ਨਹੀਂ ਮਿਲੇਗਾ। PR ਮਿਲਣੀ ਬੜੀ ਔਖੀ ਹੈ, ਇੰਪਲਾਇਰ ਜਿਹੜੇ ਬੈਠੇ ਨੇ ਉਹ ਪੈਸਾ ਬੜਾ ਬਟੋਰ ਰਹੇ ਆ, ਬੱਚਿਆਂ ਨੇ ਪਹਿਲਾਂ ਤਾਂ ਪੈਸਾ ਲੈ ਕੇ ਫੀਸਾਂ ਲਾ ਕੇ ਉੱਥੇ ਗਿਆ, ਜਦੋਂ PR ਲੈਣੀ ਹੈ ਫਿਰ ਇੰਪਲਾਇਰ ਪੈਸਾ ਮੰਗਦੇ ਆ। ਇੰਪਲਾਇਰ ਦਾ ਮਤਲਬ ਜਿੱਥੇ ਕੰਮ ਕਰਦੇ ਉਹਨਾਂ ਨੇ ਕਹਿਣਾ ਸਾਡੇ ਕੋਲ ਕੰਮ ਕਰਦੇ ਰਹੇ ਆ, ਇਹਨਾਂ ਨੂੰ ਅਸੀਂ ਸਰਟੀਫਿਕੇਟ ਦਿੰਦੇ ਹਾਂ, ਇਮੀਗ੍ਰੇਸ਼ਨ ਮੰਨ ਜਾਂਦੇ ਉਹਨਾਂ ਨੂੰ, ਇਸ ਕਰਕੇ ਉਹਨਾਂ ਨੂੰ ਉੱਥੋਂ ਦੀ PR ਮਿਲ ਜਾਂਦੀ ਹੈ।
ਔਰ ਇਹ ਸਾਰੇ ਦੇ ਸਾਰੀਆਂ ਚੀਜ਼ਾਂ ਜਿਹੜੀਆਂ ਬੜੇ ਘਾਟੇ ਵਾਲੇ ਪਾਸੇ ਜਾ ਰਹੀਆਂ। ਔਰ ਜੇ ਪੰਜਾਬ 'ਚ ਰਹਿਣਗੇ ਤਾਂ ਅਨਇੰਪਲਾਈਮੈਂਟ ਆ, ਪੰਜਾਬ 'ਚ ਕੰਮ ਕੋਈ ਹੈ ਨਹੀਂ ਔਰ ਨਾ ਕੋਈ ਕੰਪਨੀਆਂ ਇੱਥੇ, ਔਰ ਇਸ ਕਰਕੇ ਵੀ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ। ਬਹੁਤ ਜ਼ਿਆਦਾ ਪ੍ਰੋਬਲਮ ਹੈ ਔਰ ਕਈ ਵਾਰ ਤੁਹਾਨੂੰ ਆਪਣੀ ਕੁਆਲੀਫਿਕੇਸ਼ਨ ਦੇ ਮੁਤਾਬਿਕ ਕੰਮ ਨਹੀਂ ਮਿਲਦਾ, ਉਹ ਜ਼ਿਆਦਾ ਪ੍ਰੈਸ਼ਰ ਰਹਿੰਦਾ ਕਿ ਤੁਸੀਂ ਅਨਇੰਪਲਾਇਡ ਹੈਗੇ ਹੋ। ਹਾਂ, ਤੁਸੀਂ ਵੀ ਆਪਣੇ ਵਿਚਾਰ ਸਾਨੂੰ ਜ਼ਰੂਰ ਇਨਬੋਕਸ ਕਰੋ, ਸਾਡਾ ਚੈਨਲ ਪੰਜਾਬ ਮੇਲ USA TV ਸਬਸਕ੍ਰਾਈਬ ਕਰੋ। ਬਲਕਾਰ ਜੀ ਚੱਲਦੇ, ਜ਼ਰੂਰ ਜੀ, ਸਤਿ ਸ਼੍ਰੀ ਅਕਾਲ।